ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਇੱਕ ਵਾਰ ਫਿਰ ਤੁਹਾਡੇ ਆਪਣੇ YouTube ਚੈਨਲ PSAT Study Notes ਦੇ ਉੱਪਰ ਜੀ ਸੋ ਮਾਸਟਰ ਕਾਰਡਰ SST ਦੀ ਪ੍ਰੈਪਰੇਸ਼ਨ ਕਰ ਰਹੇ ਵਿਦਿਆਰਥੀ ਜਿਨ੍ਹਾਂ ਨੇ ਹਿਸਟਰੀ ਚੁਜ਼ ਕੀਤਾ ਹੈ ਜੀ ਉਹਨਾਂ ਵਾਸਤੇ ਅੱਜ ਆਪਾਂ ਲੈਸਨ ਨੰਬਰ 5 ਦੇ ਵਿੱਚ ਜੈਨ ਧਰਮ ਦੇ ਨਾਲ ਸੰਬੰਧਿਤ ਇੰਪੋਰਟੈਂਟ 52 MCQਸ ਕਰਾਂਗੇ ਜੀ ਜਿਵੇਂ ਕਿ ਆਪ ਨੂੰ ਪਤਾ ਹੈ ਕਿ 6ਵੀਂ ਸਦੀ ઈਸਾ ਪੂਰਵ ਦੇ ਵਿੱਚ ਭਾਰਤ ਦੇ ਵਿੱਚ ਕਈ ਧਾਰਮਿਕ ਅੰਦੋਲਨ ਜਿਹੜੇ ਚੱਲੇ ਸੀ ਜਿਨ੍ਹਾਂ ਦਾ ਉਦੇਸ਼ Hindu ਧਰਮ ਦਾ ਸੁਧਾਰ ਕਰਨਾ ਸੀ ਜੀ ਔਰ ਉਸ ਸਮੇਂ Vedic ਧਰਮ ਬਹੁਤ ਜਿਹੜਾ ਜਟਿਲ ਹੋ ਗਿਆ ਸੀ ਭ੍ਰਿਸ਼ਟਾਚਾਰੀ ਬ੍ਰਾਹਮਣਾਂ ਦੀ ਪ੍ਰਧਾਨਤਾ ਕਰਮਕਾਂਡਾਂ ਦੀ ਔਰ ਖਰਜੀਲੇ ਯੱਗਾਂ ਤੇ ਬਲੀਆਂ ਕਾਰਨ ਜਿਹੜਾ ਹੈ ਲੋਕਾਂ ਦੇ ਮਨ ਦੇ ਵਿੱਚ ਅਸੰਤੋਸ਼ ਦੀ ਭਾਵਨਾ ਪੈਦਾ ਹੋ ਗਈ ਸੀ ਅਜਿਹੀ ਹਾਲਤ ਵਿੱਚ ਧਰਮ ਤੇ ਸਮਾਜ ਦੇ ਸੁਧਾਰ ਦੇ ਲਈ ਤਰੇਠ ਨਵੇਂ ਮਤਾਂ ਨੇ ਜਿਹੜਾ ਹੈ ਜਨਮ ਲਿਆ ਸੀ ਜੀ ਇਨਾਂ ਦੇ ਵਿੱਚੋਂ ਬਹੁਤੇ ਛੇਤੀ ਖਤਮ ਹੋ ਗਏ ਸੀ ਪਰੰਤੂ ਜੈਨ ਧਰਮ ਤੇ ਬੁੱਧ ਧਰਮ ਨੇ ਵਿਸ਼ੇਸ਼ ਜਿਹੜੀ ਪ੍ਰਸਿੱਧੀ ਉਹ ਪ੍ਰਾਪਤ ਕੀਤੀ ਸੀ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੈਨ ਧਰਮ ਦੇ ਨਾਲ ਰਿਲੇਟਡ ਇੰਪੋਰਟੈਂਟ ਕੁਐਸਚਨ ਕਰਾਂਗੇ ਔਰ ਨੈਕਸਟ ਵੀਡੀਓ ਦੇ ਵਿੱਚ ਬੁੱਧ ਧਰਮ ਦੇ ਨਾਲ ਰਿਲੇਟਡ ਜਿਹੜੇ ਇੰਪੋਰਟੈਂਟ ਕੁਐਸਚਨ ਹੋ ਕਰਾਂਗੇ ਨਵੇਂ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਤੋਂ ਪਹਿਲਾਂ ਸਵਿਫਟਸ ਜੀਓਗ੍ਰਾਫੀ ਹਿਸਟਰੀ ਜਾਂ ਜਿੰਨੀਆਂ ਵੀ ਵੀਡੀਓ ਹੋ ਗਈਆਂ ਨੇ ਉਹ ਦੇਖ ਸਕਦੇ ਨੇ ਉਹਨਾਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਮਿਲ ਜਾਊਗਾ ਔਰ ਵੀਡੀਓ ਦੇ ਅੰਤ ਦੇ ਵਿੱਚ ਵੀ ਜਿਹ ਜੈਨ ਧਰਮ ਦੇ ਪਹਿਲੇ ਤੀਰਥੰਕਰ ਜਾਂ ਸੰਸਥਾਪਕ ਕੌਣ ਸਾਂਜੀ ਆਪਸ਼ਨ ਏ ਹੈ ਜੀ ਪਾਰਸ਼ਵਨਾਥ ਬੀ ਹੈ ਜੀ ਰਿਸ਼ਭਨਾਥ ਸੌਰੀ ਰਿਸ਼ਭਦੇਵ ਸੀ ਹੈ ਜੀ ਭਰਤ ਡੀ ਹੈ ਜੀ ਮਹਾਵੀਰ ਸਵਾਮੀ ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਬੀ ਹੈ ਜੀ ਰਿਸ਼ਭਦੇਵ ਜਿਹੜੇ ਨੇ ਉਹ ਪਹਿਲੇ ਤੀਰਥੰਕਰ ਸੀ ਜੀ ਜਿਹਾ ਆਪਾਂ ਕਹਿ ਸਕਦੇ ਹਾਂ ਕਿ ਜੈਨ ਧਰਮ ਦੇ ਸੰਸਥਾਪਕ ਸੀ ਔਰ ਜਿਹੜੀ ਜ਼ਿਆਦਾ ਪ੍ਰਸਿੱਧੀ ਮਿਲੀ ਹੈ ਜੈਨ ਧਰਮ ਨੂੰ ਉਹ ਮਹਾਵੀਰ ਸਵਾਮੀ ਦੇ ਸਮੇਂ ਜਿਹੜੀ ਮਿਲੀ ਐ ਇਸ ਕਰਕੇ ਜਿਹੜਾ ਹੈ ਮਹਾਵੀਰ ਸਵਾਮੀ ਨੂੰ ਵੀ ਜੈਨ ਧਰਮ ਦਾ ਜਿਹੜਾ ਸੰਸਥਾਪਕ ਜਾਂ ਅਸਲ ਸੰਸਥਾਪਕ ਜਿਹੜਾ ਕਹਿ ਦਿੱਤਾ ਜਾਂਦਾ ਔਰ ਜਿਹੜੇ ਰਿਸ਼ਭ ਦੇਵ ਸੀ ਜੀ ਉਹ ਇੱਕ ਸ਼ਾਹੀ ਘਰਾਣੇ ਦੇ ਨਾਲ ਸਬੰਧ ਰੱਖਦੇ ਸੀ ਔਰ ਆਪਣੇ ਪੁੱਤਰ ਭਰਤ ਨੂੰ ਜੇਕਰ ਪੁੱਛਿਆ ਜਾਵੇ ਕਿ ਰਿਸ਼ਭ ਦੇਵ ਦਾ ਪੁੱਤਰ ਕੌਣ ਸੀ ਤਾਂ ਭਰਤ ਜਿਹੜਾ ਹੈ ਉਹਨਾਂ ਦਾ ਪੁੱਤਰ ਸੀ ਜਿਨ੍ਹਾਂ ਨੂੰ ਰਾਜ ਗੱਦੀ ਦੇ ਕੇ ਸਾਰਾ ਕੁਝ ਤਿਆਗ ਕੇ ਉਹ ਜਿਹੜੇ ਨੇ ਤੀਰਥੰਕਰ ਬਣੇ ਸੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 2 ਹੈ ਜੀ ਜੈਨ ਪਰੰਪਰਾ ਅਨੁਸਾਰ ਜੈਨ ਧਰਮ ਦੀ ਉਤਪਤੀ ਕਿਸ ਕਾਲ ਦੇ ਵਿੱਚ ਹੋਈ ਜੀ ਆਪਸ਼ਨ A ਹੈ ਜੀ ਆਧੁਨਿਕ ਕਾਲ B ਹੈ ਜੀ ਉਪਰਵੈਦਿਕ ਕਾਲ C ਹੈ ਜੀ ਰਿਗਵੈਦਿਕ ਕਾਲ D ਹੈ ਜੀ ਕੋਈ ਨਹੀਂ ਸਹੀ ਆਨਸਰ ਆਏਗਾ ਜੀ ਆਪਸ਼ਨ C ਰਿਗਵੈਦਿਕ ਕਾਲ ਸੋ ਜੈਨ ਧਰਮ ਜਿਹੜਾ ਇੱਕ ਬਹੁਤ ਪੁਰਾਣਾ ਧਰਮ ਮੰਨਿਆ ਜਾਂਦਾ ਹੈ ਔਰ ਜੈਨ ਧਰਮ ਦੀ ਪਰੰਪਰਾ ਅਨੁਸਾਰ ਇਹਦੀ ਜਿਹੜੀ ਉਤਪਤੀ ਹੈ ਰਿਗਵੈਦਿਕ ਕਾਲ ਦੇ ਵਿੱਚ ਹੋਈ ਸੀ ਕਵੈਸਚਨ ਨੰਬਰ ਅੱਗੇ 3 ਹੈ ਜੀ ਰਿਸ਼ਭਨਾਥ ਪਿੱਛੋਂ ਕਿੰਨੇ ਹੋਰ ਤੀਰਥੰਕਰ ਹੋਏ ਹਨ অপਸ਼ਨ A ਹੈ ਜੀ 24 B ਹੈ ਜੀ 22 C ਹੈ ਜੀ 23 D ਹੈ ਜੀ 25 ਸਹੀ ਅਨਸਰ ਆਏਗਾ ਜੀ অপਸ਼ਨ C ਜੀ 23 ਜਿਹੜੇ ਤੀਰਥੰਕਰ ਨੇ ਰਿਸ਼ਭਨਾਥ ਤੋਂ ਬਾਅਦ ਹੋਏ ਨੇ ਕੁੱਲ ਤੀਰਥੰਕਰ ਪੁੱਛਿਆ ਜਾਂਦਾ 24 ਤੀਰਥੰਕਰ ਸੀ ਜੀ ਔਰ ਮਹਾਵੀਰ ਸਵਾਮੀ ਜੀ 24ਵੇਂ ਤੀਰਥੰਕਰ ਸੀ ਜੈਨ ਧਰਮ ਦੇ 24ਵੇਂ ਔਰ ਅੰਤਿਮ ਜੀ ਕਵੈਸਚਨ ਨੰਬਰ ਅੱਗੇ ਹੈ ਜੀ 4 ਜੈਨ ਧਰਮ ਦੇ 23ਵੇਂ ਤੀਰਥੰਕਰ ਕੌਣ ਸਨ অপਸ਼ਨ A ਹੈ ਜੀ ਮਹਾਵੀਰ ਸਵਾਮੀ B ਹੈ ਜੀ ਰਾਹੁਲ C ਹੈ ਜੀ ਸੁਮਿਤੀਨਾਥ D ਹੈ ਜੀ ਵਿਮਲਨਾਥ অপਸ਼ਨ E ਹੈ ਜੀ 파르ਸ਼ਵਨਾਥ ਸਹੀ ਆਨਸਰ ਆਏਗਾ ਜੀ অপਸ਼ਨ E ਸੋ ਜਿਹੜੇ 파르ਸ਼ਵਨਾਥ ਸੀ ਉਹ 23ਵੇਂ ਤੀਰਥੰਕਰ ਸੀ ਜੀ ਜੋ ਕਿ ਛੱਤਰੀ ਵੰਸ਼ ਦੇ ਨਾਲ ਸੰਬੰਧ ਰੱਖਦੇ ਸੀ ਤੇ ਮਹਾਵੀਰ ਸਵਾਮੀ ਤੋਂ 250 ਸਾਲ ਪਹਿਲਾਂ ਜਿਹੜਾ ਉਹਨਾਂ ਦਾ ਜਨਮ ਹੋਇਆ ਸੀ ਜੀ ਔਰ 파ਰਸ਼ਵਨਾਥੀ ਦੇ ਪਿਤਾ ਦਾ ਨਾਮ ਜਿਹੜਾ ਹੈ ਉਹ ਸੀ ਜੀ ਅਸ਼ਵਸੇਨ ਜੀ ਔਰ ਮਾਤਾ ਦਾ ਨਾਮ ਜਿਹੜਾ ਹੈ ਉਹ ਵਾਸਾ ਸੀ ਜੀ ਔਰ ਰਾਜਕੁਮਾਰ ਦੇ ਰੂਪ ਦੇ ਵਿੱਚ ਕਾਫੀ ਹਰਮਨ ਪਿਆਰੇ ਸੀ ਔਰ ਉਹਨਾਂ ਦੀ ਪਤਨੀ ਦਾ ਨਾਮ ਜਿਹੜਾ ਹੈ ਉਹ ਪ੍ਰਭਾਵਤੀ ਸੀ ਜੀ ਔਰ 30 ਸਾਲਾਂ ਦੇ ਗ੍ਰੈਸਤੀ ਜੀਵਨ ਤੋਂ ਬਾਅਦ ਜਿਹੜਾ ਹੈ ਉਹਨਾਂ ਨੇ ਘਰ-ਵਾਰ ਤਿਆਗ ਦਿੱਤਾ ਸੀ ਤੇ 83 ਦਿਨ ਦੇ ਕੋਰ ਤਪ ਤੋਂ ਬਾਅਦ 84ਵਾਂ ਦਿਨ ਜਿਹੜਾ ਉਹਨਾਂ ਨੂੰ ਸੱਚੇ ਗਿਆਨ ਦੀ ਜਿਹੜੀ ਪ੍ਰਾਪਤੀ ਹੋਈ ਸੀ ਜਿਸ ਨੂੰ ਕਵਲਿਆ ਕਿਹਾ ਜਾਂਦਾ ਹੈ ਜੀ ਅਗਲਾ ਕੁਐਸਚਨ ਹੈ ਜੀ ਆਪਣਾ ਕੁਐਸਚਨ ਨੰਬਰ 5 ਹੈ ਜੀ ਤੀਰਥੰਕਰ ਦਾ ਕੀ ਅਰਥ ਹੈ অপਸ਼ਨ A ਹੈ ਜੀ ਮੁਕਤੀ ਦਿਵਾਉਣ ਵਾਲਾ B ਹੈ ਜੀ ਇੱਕ ਪਾਸੇ ਲਗਾਉਣ ਵਾਲਾ C ਹੈ ਜੀ ਉਪਰੋਕਤ ਦੋਵੇਂ D ਹੈ ਜੀ ਕੋਈ ਨਹੀਂ ਤਾਂ ਸਹੀ ਆਨਸਰ অপਸ਼ਨ C ਹੈ ਜੀ ਉਪਰੋਕਤ ਦੋਵੇਂ ਸੋ ਤੀਰਥੰਕਰ ਦਾ ਅਰਥ ਹੁੰਦਾ ਹੈ ਮੁਕਤੀ ਦਿਵਾਉਣ ਵਾਲਾ ਜਾਂ ਇੱਕ ਪਾਸੇ ਲਾਉਣ ਵਾਲਾ ਅੱਗੇ ਹੈ ਜੀ ਕੁਐਸਚਨ ਨੰਬਰ 6 ਪਾਰਸ਼ਵਨਾਥ ਨੂੰ ਕਿਸ ਪਰਬਤ ਤੇ ਨਿਰਵਾਣ ਦੀ ਪ੍ਰਾਪਤੀ ਹੋਈ অপਸ਼ਨ A ਹੈ ਜੀ আরাਵਲੀ ਪਹਾੜ ਬੀ ਹੈ ਜੀ ਸੁਮੇਤ ਪਹਾੜ ਸੀ ਹੈ ਜੀ ਖੈਬਰ ਪਹਾੜ ਡੀ ਹੈ ਜੀ ਕੰਚਨ ਪਹਾੜ ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈ ਜੀ অপਸ਼ਨ B ਹੈ ਜੀ ਸੋ ਸੁਮੇਤ ਪਹਾੜ ਤੇ ਜਿਹੜਾ ਹੈ ਉਹਨਾਂ ਦਾ 100 ਸਾਲ ਸੁਰਜੀਤ ਰਹਿ ਸੀ ਜੋ 100 ਸਾਲਾਂ ਬਾਅਦ ਜਿਹੜਾ ਹੈ ਸੁਮੇਰ ਪਹਾੜ ਤੇ ਉਹਨਾਂ ਦਾ ਜਿਹੜਾ ਦਿਹਾੰਤ ਹੋਇਆ ਸੀ ਨਿਰਵਾਣ ਉਹਨਾਂ ਨੂੰ ਪ੍ਰਾਪਤ ਹੋਇਆ ਸੀ ਅੱਗੇ ਹੈ ਜੀ ਕੁਐਸਚਨ ਨੰਬਰ 7 ਹੈ ਜੀ ਜੈਨ ਧਰਮ ਦੇ 24ਵੇਂ ਤੀਰਥੰਕਰ ਕੌਣ ਸਨ অপਸ਼ਨ A ਹੈ ਜੀ ਵਰ드ਮਾਨ B ਹੈ ਜੀ ਨਮੀਨਾਥ C ਹੈ ਜੀ ਨਿਮੀਨਾਥ D ਹੈ ਜੀ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਇਸ ਦਾ ਸਹੀ ਜਿਹੜਾ ਆਨਸਰ ਆਏਗਾ ਜੀ অপਸ਼ਨ A ਹੈ ਜੀ ਵਰ드ਮਾਨ ਜਿਹੜਾ ਹੈ ਮਹਾਵੀਰ ਸਵਾਮੀ ਦਾ ਅਸਲੀ ਨਾਮ ਸੀ ਜੀ ਸੋ ਇਸ ਕਰਕੇ ਇੱਥੇ ਵਰ드ਮਾਨ ਲਿਖਿਆ ਹੋਇਆ ਤਾਂ ਇਹ ਸਹੀ ਹੈ ਜੀ ਜਿਨ੍ਹਾਂ ਨੂੰ ਮਹਾਵੀਰ ਬਾਅਦ ਦੇ ਵਿੱਚ ਕਿਹਾ ਜਾਣ ਲੱਗਾ ਗਿਆਨ ਦੀ ਪ੍ਰਾਪਤੀ ਤੋਂ ਔਰ ਜਿਨ ਯਾਨੀ ਕਿ ਜੇਤੂ ਜਿਹੜਾ ਹੈ ਉਹਨਾਂ ਨੂੰ ਕਿਹਾ ਜਾਂਦਾ ਸੀ महावीर ਦਾ ਮਤਲਬ ਹੁੰਦਾ ਹੈ ਮਹਾਨ ਯੋਧਾ ਜਾਂ ਜਿੰ ਜੋ ਜਿਸ ਨੇ ਜਿਹੜੀ ਹੈ ਜਿੱਤ ਪ੍ਰਾਪਤ ਕਰ ਲਈ ਹੋਵੇ ਅਗਲੇ ਹੈ ਜੀ ਕੁਐਸਚਨ ਨੰਬਰ 8 महावीर स्वामी ਦਾ ਜਨਮ ਕਦੋਂ ਹੋਇਆ অপਸ਼ਨ A ਹੈ ਜੀ 599 BC B ਹੈ ਜੀ 540 BC C ਹੈ ਜੀ 568 BC D ਹੈ ਜੀ 580 BC ਸਹੀ ਆਨਸਰ ਹੈ ਜੀ অপਸ਼ਨ A ਜੀ ਸੋ ਅਲੱਗ-ਅਲੱਗ ਹੈ ਜੀ ਬਹੁਤ ਵਿਵਾਦ ਹੈ ਇਹਨਾਂ ਦੇ ਜਨਮ ਦੇ ਨਾਲ ਸੰਬੰਧਿਤ ਸੋ ਜਿਹੜਾ ਟਰੈਡੀਸ਼ਨਲ ਹੈ ਉਹ 500 ਨਰਿਨ ਨਵੇਂ ਬੀਸੀ ਮੰਨਿਆ ਜਾਂਦਾ ਹਿਸਟੋਰੀਕਲ ਜਿਹੜਾ ਇਹ 540 ਬੀਸੀ ਮੰਨਿਆ ਜਾਂਦਾ ਔਰ ਉਹਨਾਂ ਦਾ ਜਨਮ ਜਿਹੜਾ ਵਿਸ਼ਾਲੀ ਨੇੜੇ ਕੁੰਡਗ੍ਰਾਮ ਦੇ ਵਿੱਚ ਹੋਇਆ ਸੀ ਔਰ ਆਧੁਨਿਕ ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੇ ਵਿੱਚ ਉਹਨਾਂ ਦਾ ਜਨਮ ਜਿਹੜਾ ਉਹ ਹੋਇਆ ਸੀ ਜੀ ਜੇ ਕਿ ਕੁਐਸਚਨ ਆ ਸਕਦਾ ਹੈ ਕਿ ਜਿਹੜਾ ਆਧੁਨਿਕ ਕਿਸ ਰਾਜ ਦੇ ਵਿੱਚ ਜਾਂ ਕਿਸ ਜ਼ਿਲ੍ਹੇ ਦੇ ਵਿੱਚ ਮਹਾਵੀਰ ਸਵਾਮੀ ਜੀ ਦਾ ਜਨਮ ਸਥਾਨ ਹੈ ਤਾਂ ਬਿਹਾਰ ਰਾਜ ਦੇ ਵਿੱਚ ਹੈ ਜੀ ਮੁਜ਼ੱਫਰਪੁਰ ਜ਼ਿਲ੍ਹੇ ਦੇ ਵਿੱਚ ਹੈ ਜੀ ਅੱਗੇ ਆ ਜੀ ਕੁਐਸਚਨ ਨੰਬਰ ਆਪਣਾ ਹੈਗਾ ਜੀ 9 ਮਹਾਵੀਰ ਸਵਾਮੀ ਦੇ ਪਿਤਾ ਦਾ ਕੀ ਨਾਂ ਸੀ ਜੀ ਸੋ ਇੱਥੇ ਸਵਾਮੀ ਦੇ ਪਿਤਾ ਦਾ ਕਰ ਲਿਓ ਜੀ ਪਿਤਾ ਦਾ ਕੀ ਨਾਂ ਸੀ ਆਪਸ਼ਨ A ਜੀ ਨੰਦੀਵਰਦਨ B ਹੈ ਜੀ ਸੁਧਾਰਥ C ਹੈ ਜੀ ਜਮਾਲੀ D ਹੈ ਜੀ ਕੋਈ ਨਹੀਂ ਸਹੀ ਅਨਸਰ ਆਏਗਾ ਜੀ ਆਪਸ਼ਨ B ਜੀ ਉਹਨਾਂ ਦੇ ਪਿਤਾ ਦਾ ਨਾਂ ਜਿਹੜਾ ਹੈ ਸੁਧਾਰਥ ਸੀ ਜੋ ਇੱਕ ਕਸ਼ਤਰੀ ਵੰਸ਼ ਦੇ ਨਾਲ ਜਿਹੜਾ ਸਬੰਧ ਉਹ ਰੱਖਦੇ ਸੀ ਜੀ ਔਰ ਕਸ਼ਤਰੀ ਕਬੀਲੇ ਦੇ ਉਹ ਜਿਹੜੇ ਆ ਮੁਖੀ ਸੀ ਔਰ ਮਾਤਾ ਦਾ ਨਾਮ ਜਿਹੜਾ ਹੈ ਤ੍ਰਿਸ਼ਲਾ ਸੀ ਜੋ ਕਿ ਵਿਸ਼ਾਲੀ ਦੇ ਪ੍ਰਸਿੱਧ ਲਿਸ਼ਵੀ ਵੰਸ਼ ਦੇ ਨਾਲ ਸੰਬੰਧ ਰੱਖਦੀ ਸੀ ਸੋ ਕੁਐਸਚਨ ਇੱਕ ਐਗਜ਼ਾਮ ਦੇ ਵਿੱਚ ਆਇਆ ਹੋਇਆ ਕਿ ਮਾਤਾ ਜੀ ਦਾ ਸੰਬੰਧ ਕਿਸ ਵੰਸ਼ ਦੇ ਨਾਲ ਸੀ ਇੰਪੋਰਟੈਂਟ ਕੁਐਸਚਨ ਹੈ ਜੀ ਵਿਸ਼ਾਲੀ ਦੇ ਪ੍ਰਸਿੱਧ ਲਿਸ਼ਵੀ ਵੰਸ਼ ਦੇ ਨਾਲ ਮਹਾਵੀਰ ਸਵਾਮੀ ਜੀ ਦੀ ਮਾਤਾ ਦਾ ਸੰਬੰਧ ਸੀ ਜੀ ਔਰ ਤ੍ਰਿਸ਼ਲਾ ਜਿਹੜਾ ਉਹਨਾਂ ਦਾ ਨਾਮ ਸੀ ਕੁਐਸਚਨ ਨੰਬਰ ਅੱਗੇ ਹੈ ਜੀ 10 ਮਹਾਵੀਰ ਜੀ ਦੀ ਪਤਨੀ ਦਾ ਕੀ ਨਾਮ ਸੀ ਆਪਸ਼ਨ ਹੈ ਜੀ ਯਸ਼ੋਧਰਾ ਬੀ ਹੈ ਜੀ ਤ੍ਰਿਸ਼ਲਾ ਸੀ ਹੈ ਜੀ ਕਸਤੂਰੀ ਡੀ ਹੈ ਜੀ ਯਸ਼ੋਦਾ ਸਹੀ ਆਨਸਰ ਹੈ ਜੀ ਤਾਂ ਇਹਦਾ ਸਹੀ ਆਨਸਰ ਹੈ ਜੀ অপਸ਼ਨ ਡੀ ਯਸ਼ੋਦਾ ਸੀ ਜੀ ਉਹਨਾਂ ਦੀ ਪਤਨੀ ਦਾ ਨਾਮ ਜੋ ਕਿ ਇੱਕ ਸ਼ਾਹੀ ਖਾਨ ਦੇ ਨਾਲ ਰਾਜ ਘਰਾਣੇ ਦੇ ਨਾਲ ਸੰਬੰਧ ਰੱਖਦੀ ਸੀ ਔਰ ਉਹਨਾਂ ਦੀ ਪੁੱਤਰੀ ਦਾ ਨਾਮ ਸੀ ਜੀ ਪ੍ਰਿਆ ਦਰਸ਼ਨਾ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 11 ਕਿਸ ਉਮਰ ਵਿੱਚ ਮਹਾਵੀਰ ਸਵਾਮੀ ਨੇ ਘਰ ਤਿਆਗ ਕੀਤਾ অপਸ਼ਨ A ਹੈ ਜੀ 25 ਸਾਲ B ਹੈ ਜੀ 30 ਸਾਲ C ਹੈ ਜੀ 35 ਸਾਲ D ਹੈ ਜੀ 40 ਸਾਲ ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਜੀ অপਸ਼ਨ ਬੀ ਹੈ ਜੀ 30 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਜਿਹੜਾ ਹੈ ਘਰ ਤਿਆਗ ਕਰ ਦਿੱਤਾ ਸੀ ਔਰ ਇੱਕ ਚੀਜ਼ ਹੋਰ ਇੱਥੇ ਯਾਦ ਰੱਖਣੀ ਕਿ ਉਹ ਮਹਾਤਮਾ ਬੁੱਧ ਵਾਂਗ ਜਿਹੜਾ ਹੈ ਪਰਿਵਾਰ ਦੇ ਮੈਂਬਰਾਂ ਨੂੰ ਸੁੱਤੇ ਛੱਡ ਕੇ ਹਨੇਰੇ ਵਿੱਚ ਚੁੱਪਚਾਪ ਨਹੀਂ ਸੀ ਨਿਕਲੇ ਸਗੋਂ ਆਪਣੇ ਵੱਡੇ ਪ੍ਰਾਨੰਦੀ ਵਰਦਨ ਤੇ ਪਰਿਵਾਰ ਦੇ ਦੂਜੇ ਮੈਂਬਰਾਂ ਨਾਲ ਸਲਾਹ ਨਾਲ ਜਿਹੜਾ ਉਹਨਾਂ ਨੇ ਘਰ ਤਿਆਗਾ ਸੀ ਜੀ ਔਰ ਕਾਫੀ ਜਿਹੜੀ ਕਠੋਰ ਤਪੱਸਿਆ ਉਹਨਾਂ ਨੇ ਕੀਤੀ ਸੀ ਜੀ ਕੁਐਸਚਨ ਨੰਬਰ 12 ਹੈ ਜੀ ਮਹਾਵੀਰ ਸਵਾਮੀ ਨੂੰ ਕਿੰਨੇ ਸਮੇਂ ਦੀ ਤਪੱਸਿਆ ਤੋਂ ਬਾਅਦ ਗਿਆਨ ਦੀ ਪ੍ਰਾਪਤੀ ਹੋਈ অপশন এ হ জি 11 ਸਾਲ 5 ਮਹੀਨੇ 15 ਦਿਨ ਬੀ ਹੈ ਜੀ 12 ਸਾਲ 6 ਮਹੀਨੇ 15 ਦਿਨ ਸੀ ਹੈ ਜੀ 12 ਸਾਲ 5 ਮਹੀਨੇ 15 ਦਿਨ ਡੀ ਹੈ ਜੀ 14 ਸਾਲ 6 ਮਹੀਨੇ 15 ਦਿਨ ਸਹੀ ਆਨਸਰ ਹੈ ਜੀ অপশন ਸੀ ਜੀ ਸੋ 12 ਸਾਲ 5 ਮਹੀਨੇ 15 ਦਿਨ ਦੀ ਕੋਰ ਤਪੱਸਿਆ ਤੋਂ ਬਾਅਦ ਕਠਿਨ ਤਪੱਸਿਆ ਤੋਂ ਬਾਅਦ ਜਿਹੜਾ ਹੈ ਵਿਸਾਖ ਦੀ ਦਸਵੀਂ ਦੇ ਦਿਨ ਜਿਹੜਾ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ ਆਪਣਾ 13 ਹੈ ਜੀ ਜੈਨ ਧਰਮ ਵਿੱਚ ਸੱਚੇ ਗਿਆਨ ਦੀ ਪ੍ਰਾਪਤੀ ਨੂੰ ਕਿਹਾ ਜਾਂਦਾ ਹੈ অপਸ਼ਨ ਹੈ ਜੀ ਮਥਿਲਾ ਬੀ ਹੈ ਜੀ ਕਪਲਾ ਗਿਆਨ ਸੀ ਹੈ ਜੀ ਕਵਲਿਆ ਡੀ ਹੈ ਜੀ ਧਰਮ ਵਿਜੇ ਸਹੀ ਆਨਸਰ ਹੈ ਜੀ অপਸ਼ਨ ਸੀ ਜਿਹੜਾ ਕਵਲਿਆ ਕਿਹਾ ਜਾਂਦਾ ਹੈ ਜੀ ਜਿਸ ਦਾ ਅਰਥ ਹੈ ਕਵਲਿਆ ਜਾਂ ਮੁਕਤੀ ਔਰ ਇਹੇ ਅੰਤਿਮ ਟੀਚਾ ਹੈ ਜੀ ਜੈਨ ਧਰਮ ਦਾ ਕੁਐਸਚਨ ਆ ਜਾਏ ਕਿ ਜੈਨ ਧਰਮ ਦਾ ਅੰਤਿਮ ਟੀਚਾ ਕੀ ਹੈ ਤਾਂ ਉਹ ਹੈ ਜੀ ਕਵਲਿਆ ਜਾਂ ਮੁਕਤੀ ਜੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 14 ਜੀ ਮਹਾਵੀਰ ਸਵਾਮੀ ਨੂੰ ਕਿਸ ਨਦੀ ਦੇ ਤੱਟ ਤੇ ਗਿਆਨ ਦੀ ਪ੍ਰਾਪਤੀ ਹੋਈ অপਸ਼ਨ ਹੈ ਜੀ ਲੂੰਬੀ ਬੀ ਹੈ ਜੀ ਅ ਰਿਜਕੁਲਾ ਸੀ ਹੈ ਜੀ ਗੰਗਾ ਡੀ ਹੈ ਜੀ ਸਰਸਵਤੀ ਸਹੀ ਆਨਸਰ ਹੈ ਜੀ অপਸ਼ਨ ਬੀ ਜੀ ਸੋ ਰਿਜਕੁਲਾ ਨਦੀ ਦੇ ਕੰਢੇ ਜਿਹੜਾ ਹੈ ਜਮਿਤਾਗਾਮ ਦੇ ਨੇੜੇ ਛਾਲ ਦੇ ਰੁੱਖ ਥੱਲੇ ਜਿਹੜਾ ਹੈ ਗਿਆਨ ਦੀ ਪ੍ਰਾਪਤੀ ਹੋਈ ਸੀ ਮਹਾਵੀਰ ਸਵਾਮੀ ਜੀ ਨੂੰ ਕਿਸ ਰੁੱਖ ਥੱਲੇ ਛਾਲ ਦੇ ਰੁੱਖ ਥੱਲੇ ਕਿਉਂਕਿ ਇਦਾਂ ਦੇ ਕੁਐਸਚਨ ਜਿਹੜੇ ਐਗਜ਼ਾਮ ਦੇ ਵਿੱਚ ਆਉਂਦੇ ਨੇ ਔਰ ਕਿਸ ਨਦੀ ਦੇ ਤੱਟ ਤੇ ਰਿਜਕੁਲਾ ਨੈਕਸਟ ਆ ਜੀ ਕੁਐਸਚਨ ਨੰਬਰ 15 ਗਿਆਨ ਪ੍ਰਾਪਤੀ ਤੋਂ ਬਾਅਦ ਸਵਾਮੀ ਮਹਾਵੀਰ ਬਣੇ ਆਪਸ਼ਨ A ਹੈ ਜੀ ਸਵਾਮੀ B ਹੈ ਜੀ ਜਿਨ C ਹੈ ਜੀ ਨਿਰਗ੍ਰੰਥ D ਹੈ ਜੀ ਕੈਵਲਨ D E ਹੈ ਜੀ ਉਪਰੋਕਤ ਸਾਰੇ ਸੋ ਗਿਆਨ ਤੋਂ ਬਾਅਦ ਜਿਹੜਾ ਅਲੱਗ-ਅਲੱਗ ਉਹਨਾਂ ਨੂੰ ਨਾਮ ਦਿੱਤੇ ਗਏ ਸਾਰੇ ਸੀ ਜੀ ਆਪਸ਼ਨ E ਸਹੀ ਹੋਊਗਾ ਜਿਨ ਦਾ ਜਿਹੜਾ ਅਰਥ ਹੁੰਦਾ ਸਰਵਉੱਚ ਯੋਧਾ ਔਰ ਸੌਰੀ ਸਵਾਮੀ ਦਾ ਜਿਹੜਾ ਅਰਥ ਹੁੰਦਾ ਉਹ ਸਰਵਉੱਚ ਯੋਧਾ ਔਰ ਜਿਨ ਦਾ ਅਰਥ ਹੁੰਦਾ ਜੀ ਵਿਜੇਤਾ निग्रंथ ਦਾ ਮਤਲਬ ਹੁੰਦਾ ਹੈ ਬੰਦਨਾ ਤੋਂ ਮੁਕਤ ਔਰ ਕੈਵਲਨ ਦਾ ਅਰਥ ਹੁੰਦਾ ਸਰਵ ਉੱਚ ਗਿਆਨੀ ਸੋ ਇਹ ਜਿਹੜੀਆਂ ਉਪਾਧੀਆਂ ਆਪਾਂ ਕਹਿ ਸਕਦੇ ਹਾਂ ਕਿ ਮਾ ਸੁਆਮੀ ਮਹਾਵੀਰ ਨੂੰ ਮਿਲੀਆਂ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 16 ਮਹਾਵੀਰ ਦੇ ਪਹਿਲੇ ਅਨਯਾਈ ਕੌਣ ਸਨ ਜਾਂ ਪਹਿਲੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਚੇਲੇ ਕੌਣ ਸੀ ਜਾਂ ਪਿਖਸ਼ੂ ਕੌਣ ਸੀ অপਸ਼ਨ A ਹੈ ਜੀ ਨੰਦੀਵਰਦਨ B ਹੈ ਜੀ ਪ੍ਰਿਆਦਰਸ਼ਨਾ C ਹੈ ਜੀ ਜਮਾਲੀ D ਹੈ ਜੀ ਦਾ ਦੀਵਾਨ ਸਹੀ ਆਨਸਰ ਹੈ ਜੀ অপਸ਼ਨ ਸੀ ਸੋ ਜਮਾਲੀ ਜੋ ਕਿ ਪ੍ਰਿਆ ਦਰਸ਼ਨਾ ਦੇ ਪੱਤੀ ਸੀ ਔਰ ਮਹਾਵੀਰ ਸਵਾਮੀ ਜੀ ਦੇ ਜਵਾਈ ਸੀ ਜੀ ਉਹ ਪਹਿਲੇ ਉਨਯਾਈ ਬਣੇ ਸੀ। ਕੁਐਸਚਨ ਨੰਬਰ ਅਗੇ 17 ਹੈ ਜੀ। ਗਿਆਨ ਪ੍ਰਾਪਤੀ ਤੋਂ ਬਾਅਦ ਮਹਾਵੀਰ ਸਵਾਮੀ ਨੇ ਕਿਸ ਸਥਾਨ ਤੇ ਜੈਨ ਸੰਗ ਦੀ ਸਥਾਪਨਾ ਕੀਤੀ? অপਸ਼ਨ এ ਹੈ ਜੀ ਚੰਪਾ ਵਿੱਚ b ਹੈ ਜੀ ਮਗਧ ਵਿੱਚ c ਹੈ ਜੀ ਵਿਦੇਹ d ਹੈ ਜੀ ਪਾਵਾਪੁਰੀ। ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਜੀ অপਸ਼ਨ d ਹੈ ਜੀ ਪਾਵਾਪੁਰੀ। ਦੇ ਵਿੱਚ ਜਿਹੜੇ ਆਪਣੇ ਸੰਗ ਦੀ ਸਥਾਪਨਾ ਕੀਤੀ ਸੀ ਜੀ ਗਿਆਨ ਪ੍ਰਾਪਤੀ ਦੇ ਪਿੱਛੋਂ ਜਦ ਵਰਤਮਾਨ ਮਹਾਵੀਰ ਪਾਵਨਗਰ ਵਿੱਚ ਆਏ ਤਾਂ ਉਸ ਸਮੇਂ ਜਿਹੜਾ ਉੱਥੇ ਬ੍ਰਾਹਮਣਾਂ ਦਾ ਮਹਾਯੱਗ ਹੋ ਰਿਹਾ ਸੀ ਜੀ ਯੱਗ ਵਿੱਚ ਹਿੱਸਾ ਲੈਣ ਵਾਲੇ 11 ਬ੍ਰਾਹਮਣਾਂ ਨੇ ਮਹਾਵੀਰ ਦੇ ਦਰਸ਼ਨ ਕੀਤੇ ਤੇ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਉਹ ਮਹਾਵੀਰ ਦੇ ਉਪਦੇਸ਼ਾਂ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਦੇ ਜਿਹੜੇ ਚੇਲੇ ਬਣ ਗਏ ਔਰ ਇਹਨਾਂ ਬ੍ਰਾਹਮਣ ਚੇਲਿਆਂ ਦੇ ਸਹਿਯੋਗ ਨਾਲ ਮਹਾਵੀਰ ਨੇ ਜੈਨ ਸੰਗ ਦੀ ਜਿਹੜੀ ਨੀਂਹ ਆ ਉਹ ਰੱਖੀ ਸੀ ਜੀ ਔਰ ਉਹਨਾਂ ਵਿੱਚੋਂ ਹਰ ਇੱਕ ਨੂੰ ਜੈਨ ਸਾਧਵਾਂ ਦੀ ਸਹਾਇਤਾ ਨਾਲ ਧਰਮ ਪ੍ਰਚਾਰ ਦੇ ਜਿਹੜੇ ਕੰਮ ਨੇ ਉਹ ਸੌਂਪੇ ਸਾਂਝੇ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 18 ਜੀ ਜੈਨ ਧਰਮ ਦੇ ਤ੍ਰੀ ਰਤਨਾਂ ਵਿੱਚ ਕਿਹੜਾ ਸ਼ਾਮਿਲ ਨਹੀਂ ਹੈ? ਆਪਸ਼ਨ A ਹੈ ਜੀ ਸੱਚ ਧਰਮ B ਹੈ ਜੀ ਸੱਚਾ ਵਿਸ਼ਵਾਸ C ਹੈ ਜੀ ਸੱਚਾ ਗਿਆਨ D ਹੈ ਜੀ ਸੱਚਾ ਕਰਮ। ਸਹੀ ਅਨਸਰ ਆਏਗਾ ਜੀ ਆਪਸ਼ਨ A ਸੱਚਾ ਧਰਮ ਜਿਹੜਾ ਸ਼ਾਮਿਲ ਨਹੀਂ ਹੈ। ਸੋ ਤ੍ਰੀ ਰਤਨਾਂ ਦੇ ਵਿੱਚ ਸ਼ਾਮਿਲ ਹੈ ਜੀ ਸੱਚਾ ਵਿਸ਼ਵਾਸ। ਸੋ ਸੱਚੇ ਵਿਸ਼ਵਾਸਤਾ ਮਤਲਬ ਹੈ ਕਿ ਜਿਹੜਾ ਪਹਿਲਾ ਰਤਨ ਹੈ ਉਸ ਦੇ ਅਨੁਸਾਰ ਮਨੁੱਖ ਦਾ ਧਰਮ ਉੱਤੇ ਤੇ ਜੈਨੀਆਂ ਦੇ 24 ਤੀਰਥੰਕਰਾਂ ਉੱਤੇ ਜਿਹੜਾ ਡੇਢ ਵਿਸ਼ਵਾਸ ਹੋਣਾ ਚਾਹੀਦਾ ਦੂਜਾ ਰਤਨ ਜਿਹੜਾ ਹੈ ਸੱਚਾ ਗਿਆਨ ਹੋਣਾ ਚਾਹੀਦਾ ਹੈ ਮਨੁੱਖ ਨੂੰ ਉਸ ਨੂੰ ਅਡੰਬਰਾ ਤੇ ਜਿਹੜੀਆਂ ਆ ਧਾਰਮਿਕ ਗੱਲਾਂ ਨੇ ਉਹਨਾਂ ਦੇ ਵਿੱਚ ਸਮਾ ਆਪਣਾ ਨਸ਼ਟ ਨਹੀਂ ਕਰਨਾ ਚਾਹੀਦਾ ਤੀਜਾ ਰਤਨ ਇਹ ਹੈ ਕਿ ਮਨੁੱਖ ਨੂੰ ਸ਼ੁੱਧ ਕਰਮ ਜਿਹੜੇ ਨੇ ਕਰਨੇ ਚਾਹੀਦੇ ਨੇ ਸੱਚੇ ਕਰਮ ਕਰਨੇ ਚਾਹੀਦੇ ਨੇ ਉਸ ਨੂੰ ਅਹਿਸਾ ਸਚਾਈ ਤੇ ਬ੍ਰਹਮਚਾਰੀਆ ਦਾ ਜਿਹੜਾ ਪਾਲਨ ਹੈ ਉਹ ਕਰਨਾ ਚਾਹੀਦਾ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 19 ਕਿਸ ਜੈਨ ਗ੍ਰੰਥ ਤੋਂ ਜੈਨ ਧਰਮ ਦੇ ਆਰੰਭਿਕ ਇਤਿਹਾਸ ਦਾ ਪਤਾ ਚੱਲਦਾ ਹੈ ਜੀ ਆਪਸ਼ਨ A ਹੈ ਜੀ ਭਗਵਤੀ ਸੂਤਰ B ਹੈ ਜੀ ਕਪਲ ਸੂਤਰ C ਹੈ ਜੀ ਅਚਾਰਾਂਗ ਸੂਤਰ D ਹੈ ਜੀ ਉਪਰੋਕਤ ਸਾਰੇ ਸਹੀ ਆਨਸਰ ਹੈ ਜੀ ਆਪਸ਼ਨ B ਕਪਲ ਸੂਤਰ ਤੋਂ ਜਿਹੜਾ ਹੈ ਜੈਨ ਧਰਮ ਦੇ ਆਰੰਭਿਕ ਇਤਿਹਾਸ ਦਾ ਪਤਾ ਚੱਲਦਾ ਹੈ ਜੀ ਜੋ ਕਿ ਸ਼ਾਇਦ ਰਿਸ਼ਭ ਦੇਵ ਦਾ ਲਿਖਿਆ ਹੋਇਆ ਹੈ ਜੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 20 महावीर स्वामी ਦੀ ਪਹਿਲੀ ਸ਼ਿਸ਼ ਪਿਕਸ਼ਣੀ ਸੀ ਇਹ ਮਹਿਲਾ ਪਿਕਸ਼ਣੀ ਕਿਹੜੀ ਸੀ ਆਪਸ਼ਨ ਐ ਜੀ ਕਪਿਲਾ ਬੀ ਹੈ ਜੀ ਮਿਥਲਾ ਸੀ ਹੈ ਜੀ ਚੰਦਨਾ ਡੀ ਹੈ ਜੀ ਕੰਚਨਾ ਸਹੀ ਆਨਸਰ ਹੈ ਆਪਸ਼ਨ ਸੀ ਜੀ ਚੰਦਨਾ ਜਿਹੜੀ ਹੈ ਪਹਿਲੀ ਮਹਿਲਾ ਪਿਕਸ਼ਣੀ ਸੀ ਜੋ ਕਿ ਚੰਪਾ ਦੇ ਰਾਜੇ ਦਦੀ ਵਹਿਨ ਦੀ ਪੁੱਤਰੀ ਸੀ ਜੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 21 ਕਿਹੜੇ ਦੋ ਜੈਨ ਤੀਰਥੰਕਰਾਂ ਦਾ ਜ਼ਿਕਰ ਜਿਹੜਾ ਰਿਗਵੇਦ ਵਿੱਚ ਮਿਲਦਾ ਆਪਸ਼ਨ ਹੈ ਜੀ ਰਿਸ਼ਭ ਦੇਵ ਤੇ ਮਹਾਵੀਰ ਬੀ ਹੈ ਜੀ ਮਹਾਵੀਰ ਤੇ ਨਾਮੀਨਾਥ ਸੀ ਹੈ ਜੀ ਨੇਮੀਨਾਥ ਤੇ ਰਿਸ਼ਭਦੇਵ ਡੀ ਹੈ ਜੀ ਰਿਸ਼ਭਦੇਵ ਤੇ ਅρισਤ ਨੇਮੀ ਸਹੀ ਆਨਸਰ ਆਪਸ਼ਨ ਡੀ ਹੈ ਜੀ ਰਿਗਵੇਦ ਦੇ ਵਿੱਚ ਜਿਹੜਾ ਰਿਸ਼ਭਦੇਵ ਤੇ ਅρισਤ ਨੇਮੀ ਦਾ ਜਿਹੜਾ ਜ਼ਿਕਰ ਹੈ ਉਹ ਮਿਲਦਾ ਹੈ ਜੀ ਕੁਐਸਚਨ ਨੰਬਰ ਅੱਗੇ 22 ਹੈ ਜੀ ਕਿਹੜਾ ਮਿਲਾਨ ਗਲਤ ਹੈ ਤੀਰਤੰਕਰ ਹੈ ਜੀ ਅੱਗੇ ਉਹਦਾ ਪ੍ਰਤੀਕ ਚਿੰਨ ਹੈ ਜੀ ਆਪਸ਼ਨ ਏ ਹੈ ਜੀ ਰਿਸ਼ਭਦੇਵ ਪਰਬਤ ਬੀ ਹੈ ਜੀ ਪਾਰਸ਼ਵਨਾਥ ਸੱਪ ਸੀ ਹੈ ਜੀ ਮਹਾਵੀਰ ਸwami ਸ਼ੇਰ ਡੀ ਹੈ ਜੀ ਅਜੀਤਨਾਥ ਹਾਥੀ ਸਹੀ ਆਨਸਰ ਹੈ ਜੀ অপਸ਼ਨ ਏ ਜੀ ਏ ਜਿਹੜੀ অপਸ਼ਨ ਹੈ ਗਲਤ ਮਿਲੀ ਹੋਈ ਹੈ ਰਿਸ਼ਭਦੇਵ ਦਾ ਜਿਹੜਾ ਪ੍ਰਤੀਕ ਹੈ ਉਹ ਸਾੰਡ ਹੈ ਜੀ ਔਰ ਇੱਥੇ ਜਿਹੜਾ ਪਰਬਤ ਦਿੱਤਾ ਹੋਇਆ ਸੋ ਇਸ ਕਰਕੇ ਗਲਤ ਹੈ 파ਰਸ਼ਵ ਦਾ ਪ੍ਰਤੀਕ ਸੱਪ ਹੈ ਮਹਾਵੀਰ ਸਵਾਮੀ ਦਾ ਸ਼ੇਰ ਔਰ ਅਜੀਤਨਾਥ ਦਾ ਹਾਥੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 23 ਮਹਾਵੀਰ ਸਵਾਮੀ ਦਾ ਦੇਹਾਂਤ ਕਿੱਥੇ ਹੋਇਆ অপਸ਼ਨ ਏ ਜੀ 파ਵਾ ਬੀ ਹੈ ਜੀ ਵਿਸ਼ਾਲੀ ਸੀ ਹੈ ਜੀ ਮਥੁਰਾ ਡੀ ਹੈ ਜੀ ਮਗਧ ਸਹੀ ਆਨਸਰ ਹੈ ਜੀ অপਸ਼ਨ ਏ ਜੀ 파ਵਾ ਪੁਰੀ ਦੇ ਵਿੱਚ ਜਿਹੜਾ ਨੇੜੇ ਰਾਜਗੜ੍ਹ ਹੈ ਉਹਨਾਂ ਦਾ ਜਿਹੜਾ ਹੈ 468 ਜਾਂ 527 16 ਅਲੱਗ-ਅਲੱਗ ਸਾਲ ਨੇ ਜੀ ਉਹਨਾਂ ਦੀ ਡੈਥ ਦੇ ਵੀ ਸੋ 72 ਸਾਲ ਦੀ ਉਮਰ ਦੇ ਵਿੱਚ ਯਾਦ ਰੱਖਣਾ ਕਿ ਪਾਵਾ ਦੇ ਵਿੱਚ ਉਹਨਾਂ ਦਾ ਜਿਹੜਾ ਹੈ ਦਿਹਾਂਤ ਉਹ ਹੋਇਆ ਸੀ ਜੀ ਕੁਐਸਚਨ ਨੰਬਰ 24 ਹੈ ਜੀ ਕਥਨਾ ਤੇ ਵਿਚਾਰ ਕਰੋ ਜੈਨ ਧਰਮ ਵਿੱਚ ਈਸ਼ਵਰ ਦੀ ਮਾਨਤਾ ਨਹੀਂ ਹੈ ਬੀ ਦੂਸਰਾ ਹੈ ਜੀ ਜੈਨ ਧਰਮ ਵਿੱਚ ਆਤਮਾ ਦੀ ਮਾਨਤਾ ਹੈ ਪਹਿਲਾ ਹੈ ਜੀ ਪਹਿਲਾ ਸਹੀ ਹੈ ਦੂਸਰਾ ਹੈ ਜੀ ਦੂਸਰਾ ਸਹੀ ਹੈ ਤੀਸਰਾ ਹੈ ਜੀ ਦੋਵੇਂ ਸਹੀ ਹਨ ਡੀ ਹੈ ਜੀ ਦੋਵੇਂ ਕਥਨ ਗਲਤ ਹਨ ਤਸਦਾ ਜਿਹੜਾ ਸਹੀ ਆਨਸਰ ਹੈ ਜੀ অপਸ਼ਨ ਸੀ ਹੈ ਜੀ ਦੋਵੇਂ ਸਹੀ ਨੇ ਸੋ ਮਹਾਵੀਰ ਸਵਾਮੀ ਜੀ ਦੇ ਅਨਸਾਰ ਜਿਹੜਾ ਹੈ ਉਹਨਾਂ ਦਾ ਮਹਾਵੀਰ ਸਵਾਮੀ ਰੱਬ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਔਰ ਉਹਨਾਂ ਨੇ Hindu ਧਰਮ ਦੇ ਵਿੱਚ ਪ੍ਰਚਲਿਤ ਸਿਧਾਂਤ ਨੂੰ ਸਵੀਕਾਰ ਨਹੀਂ ਕੀਤਾ ਕਿ ਈਸ਼ਵਰ ਨੇ ਸੰਸਾਰ ਦੀ ਰਚਨਾ ਕੀਤੀ ਹੈ ਤੇ ਉਹ ਦੀ ਜਿਹੜੀ ਹੈ ਇਸ ਦੀ ਦੇਖਭਾਲ ਕਰਦਾ ਹੈ ਸੋ ਉਹਨਾਂ ਦੇ ਵਿਚਾਰ ਵਿੱਚ ਮਨੁੱਖ ਦੀ ਆਤਮਾ ਵਿੱਚ ਹੀ ਪੂਰਨ ਸ਼ਕਤੀ ਜਿਹੜੀ ਹੈ ਉਹ ਮੌਜੂਦ ਹੈ ਔਰ ਭਾਗਾਂ ਦਾ ਨਿਰਮਾਤਾ ਜਿਹੜਾ ਜੀਵ ਹੈ ਉਹ ਆਪ ਹੀ ਹੈ ਇਸ ਲਈ ਉਹ ਈਸ਼ਵਰ ਦੀ ਜਾਂ ਦੇਵੀ-ਦੇਵਤਿਆਂ ਦੀ ਪੂਜਾ ਨੂੰ ਵਿਅਰਥ ਸਮਝਦੇ ਹੋਏ ਇਸ ਦੀ ਕੋਈ ਵਿਸ਼ਵਾਸ ਜਿਹੜਾ ਨਹੀਂ ਰੱਖਦੇ ਜੀ ਸੋ ਜੇ ਇਹ ਬਿਲਕੁਲ ਦੋਨੋਂ ਕਥਨ ਸਹੀ ਨੇ ਈਸ਼ਵਰ ਨੂੰ ਮੰਨਤਾ ਨਹੀਂ ਆਤਮਾ ਨੂੰ ਜਿਹੜੀ ਜੈਨ ਧਰਮ ਦੇ ਵਿੱਚ ਮੰਨਤਾ ਹੈ ਕੁਐਸਚਨ ਨੰਬਰ ਅੱਗੇ ਆ ਜੀ 25 ਚੰਦਰਗੁਪਤ ਮੌਰੀਆ ਦੇ ਰਾਜਕਾਲ ਸਮੇਂ ਮਗਧ ਵਿੱਚ ਭਿਆਨਕ ਕਾਲ ਪੈਣ ਉਪਰੰਤ ਕਿਹੜਾ ਜੈਨ ਪਿਖਸ਼ੂ ਦੱਖਣ ਵੱਲ ਗਿਆ ਆਪਸ਼ਨ ਹੈ ਜੀ ਭਰਬਾਹੂ ਬੀ ਹੈ ਜੀ ਪਰਮਨਾਥ ਸੀ ਹੈ ਜੀ ਗੁਰਖਨਾਥ ਡੀ ਹੈ ਜੀ ਕੁਮਾਰ ਬਾਹੂ ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਏ ਹੈ ਜੀ ਭਦਰ ਬਾਹੂ ਸੀ ਜੀ ਇਹ ਭਦਰ ਬਾਹੂ ਸਹੀ ਕਰ ਲਿਓ ਸਪੈਲਿੰਗ ਥੋੜੇ ਭਦਰ ਬਾਹੂ ਜੀ ਜੋ ਕਿ ਦੱਖਣ ਦੇ ਵੱਲ ਚਲਾ ਗਿਆ ਸੀ ਜਦੋਂ ਕਾਲ ਪੈ ਗਿਆ ਸੀ ਕਿਸ ਰਾਜੇ ਦੇ ਸਮੇਂ ਚੰਦਰਗੁਪਤ ਮੌਰੀਆ ਦੇ ਸਮੇਂ ਜੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 26 ਹੈ ਜੀ मगध ਵਿੱਚ ਰਹਿ ਰਹੇ ਭਿਖਸ਼ੂਆਂ ਨੇ ਕਿਸ ਨੂੰ ਆਪਣਾ ਮੁਖੀ ਚੁਣਿਆ অপਸ਼ਨ এ ਹੈ ਜੀ ਕਰਮ ਬਾਹੂ बी ਹੈ ਜੀ ਧਰਮ ਬਾਹੂ ਸੀ ਹੈ ਜੀ ਸਥੂਲ ਪਧਰ ਡੀ ਹੈ ਜੀ ਪ੍ਰਾਨ ਪਧਰ ਸਹੀ ਆਨਸਰ ਹੈ ਜੀ অপਸ਼ਨ ਸੀ ਜੀ ਸੋ ਸਥੂਲ ਪਧਰ ਨੂੰ ਜਿਹੜਾ ਹੈ ਆਪਣਾ ਮੁਖੀ ਚੁਣਿਆ ਸੀ ਜਿਹੜੇ ਕੁਝ ਭਿਖਸ਼ੂ ਨੇ ਉਹ ਪਧਰ ਬਾਹੂ ਆਪਣੇ ਨਾਲ ਲੈ ਗਿਆ ਸੀ ਜੀ ਜਿਹੜੇ ਉਸ ਤੇ ਸ਼ਰਧਾਲੂ ਸੀ ਉਹ ਦੱਖਣ ਵੱਲ ਚਲੇ ਗਏ ਤੇ ਕੁਝ ਸਥੂਲ ਪਧਰ ਨਾਮੀ ਭਿਖਸ਼ੂ ਦੇ ਨਾਲ ਜਿਹੜਾ ਉੱਥੇ ਹੀ ਰਹਿ ਸੀ ਜਿਨ੍ਹਾਂ ਨੇ ਉਸ ਨੂੰ ਆਪਣਾ ਮੁਖੀ ਚੁਣ ਲਿਆ ਸੀ ਜੀ ਔਰ ਉਹਨਾਂ ਨੇ ਪਾਟਲੀ ਪੁੱਤਰ ਦੇ ਵਿੱਚ ਰਹਿ ਕੇ ਸਥੂਲ ਪਧਰ ਨੇ ਸਬਾ ਵੀ ਕੀਤੀ ਤੇ ਆਪਣੇ ਸੇਤ ਦੀ ਪੁੰਛਾਣ ਕਰਕੇ ਇਸ ਨੂੰ ਜਿਹੜਾ ਇੱਕ ਨਵਾਂ ਰੂਪ ਦਿੱਤਾ ਜਿਸ ਨੂੰ ਅੰਗ ਕਿਹਾ ਜਾਂਦਾ ਸੀ ਜੀ ਪੁਰਾਣੀਆਂ ਪੁਸਤਕਾਂ ਨੂੰ ਪੁਰਵ ਕਿਹਾ ਜਾਂਦਾ ਸੀ ਔਰ ਜਿਹੜੀਆਂ ਇਹ ਨਵੀਆਂ ਪੁਸਤਕਾਂ ਸੀ ਉਸ ਨੂੰ ਅੰਗ ਕਿਹਾ ਜਾਂਦਾ ਸੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 27 ਜੈਨ ਧਰਮ ਕਿਹੜੀਆਂ ਦੋ ਸਖਾਵਾਂ ਵਿੱਚ ਵੰਡਿਆ ਗਿਆ অপਸ਼ਨ A ਹੈ ਜੀ ਦਿਗੰਬਰ ਤੇ ਪਰਵੰਗਰ ਬੀ ਹੈ ਜੀ ਸਵੇਤੰਬਰ ਤੇ ਨਵੰਤੰਬਰ ਸੀ ਹੈ ਜੀ ਹੀਨਯਾਨ ਤੇ ਮਹਾਯਾਨ ਡੀ ਹੈ ਜੀ ਦਿਗੰਬਰ ਤੇ ਸਵੇਤੰਬਰ ਸਹੀ ਆਨਸਰ ਆਪਸ਼ਨ ਡੀ ਹੈ ਜੀ ਸੋ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਸੀ ਬਹੁਤ ਹੀ ਇੰਪੋਰਟੈਂਟ ਹੈ ਜੀ ਦਿਗੰਬਰ ਤੇ ਸਵੇਤੰਬਰ ਸੋ ਆਪਾਂ ਡਿਸਕਸ ਕਰ ਲਿਆ ਕਿ ਜਿਹੜੇ ਕੁਝ ਭਿਖਸ਼ੂ ਦੱਖਣ ਵੱਲ ਚਲੇ ਗਏ ਸੀ ਸਥੂਲ ਪਧਰ ਨਾਮੀ ਭਿਖਸ਼ੂ ਦੇ ਨਾਲ ਔਰ ਕੁਝ ਜਿਹੜੇ ਨੇ ਸੌਰੀ ਦੱਖਣ ਵੱਲ ਚਲੇ ਗਏ ਸੀ ਭਦਰਬਾਹੂ ਦੇ ਨਾਲ ਔਰ ਕੁਝ ਰਹਿ ਗਈ ਸੀ ਜਿਸਥੂਲ ਪਧਰ ਦੇ ਨਾਲ ਔਰ ਕਾਫੀ ਧੀਰ ਬਾਅਦ ਜਿਹੜਾ ਹੈ ਵਾਪਸ ਜਦੋਂ ਆਏ 12 ਵਰਿਆਂ ਪਿੱਛੋਂ ਭਦਰਵਾਹੁ ਤੇ ਉਹਨਾਂ ਦੇ ਸ਼ਰਧਾਲੂ ਮਗਧ ਵਾਪਸ ਆਏ ਤਾਂ ਉਹਨਾਂ ਨੇ ਅੰਗਾਂ ਦੀ ਪ੍ਰਮਾਨਤਾ ਨੂੰ ਜਿਹੜਾ ਸਵਕਾਰ ਨਾ ਕੀਤਾ ਤੇ ਧਰਮ ਸੰਬੰਧੀ ਦੂਸਰੀਆਂ ਤਬਦੀਲੀਆਂ ਨਾਲ ਵੀ ਸਹਿਮਤ ਨਾ ਹੋਏ ਜਿਹੜੀਆਂ ਕਿ ਕੀਤੀਆਂ ਸੀ ਸਥੂਲ ਪਧਰ ਨੇ ਜੀ ਔਰ ਇੱਥੋਂ ਹੀ ਫਿਰ ਜਿਹੜਾ ਹੈ ਦੋਸ਼ ਖਾਵਾਂ ਬਣ ਗਿਆ ਸੀ ਇੱਕ ਸੀ ਜੀ ਜੋ ਬਿਲਕੁਲ ਨੰਗੀ ਅਵਸਥਾ ਦੇ ਵਿੱਚ ਰਹਿੰਦੇ ਸੀ ਉਹਨਾਂ ਨੂੰ ਦਿਗੰਬਰ ਕਹਿੰਦੇ ਸੀ ਔਰ ਦੂਸਰੇ ਜਿਹੜੇ ਨੇ ਸਵੇਤ ਸਵੇਤ ਦਾ ਜਿਹੜਾ ਅਰਥ ਹੁੰਦਾ ਅ ਸਫੇਦ ਜੀ ਜਾਂ ਚਿੱਟੇ ਸਵੇਤ ਸਵੇਤ ਦਾ ਅਰਥ ਹੈ ਚਿੱਟੇ ਜਾਂ ਸਫੇਦ ਆਪਾਂ ਕਹਿੰਦੇ ਹਾਂ ਜੀ ਜਿਹੜੇ ਕੱਪੜੇ ਪਾਉਂਦੇ ਸੀ ਕੱਪੜੇ ਪਹਿਨਦੇ ਸੀ ਸਵੇਤ ਕੱਪੜੇ ਯਾਨੀ ਕਿ ਚਿੱਟੇ ਕੱਪੜੇ ਪਹਿਨਦੇ ਸੀ ਉਹਨਾਂ ਨੂੰ ਸਵੇਤੰਬਰ ਉਹ ਅਖਵਾਉਣ ਲੱਗ ਪਏ ਸੀ ਜੀ ਜਿਹੜੇ ਦਿਗੰਬਰ ਸੰਪਰਦਾਏ ਦੇ ਸ਼ਰਧਾਲੂ ਸੀ ਵਰਦਮਾਨ ਮਹਾਵੀਰ ਦੇ ਉਪਦੇਸ਼ਾਂ ਅਨੁਸਾਰ ਤਪ ਕਰਨ ਤਪੱਸਵੀ ਦਾ ਮਤਲਬ ਸੰਪਤੀ ਤਿਆਗਣ ਤੇ ਕਠੋਰ ਜੀਵਨ ਬਤੀਤ ਕਰਨ ਦੇ ਪੱਖ ਵਿੱਚ ਸਨ ਜਿਸ ਕਾਰਨ ਉਹ ਕਠੜਪੰਥੀ ਸਮਝਣ ਜਾਣ ਲੱਗੇ ਪਰੰਤੂ ਜਿਹੜੇ ਸਵੇਤੰਬਰ ਸੀ ਉਹ ਉਦਾਰ ਤੇ ਸੁਧਾਰਵਾਦੀ ਵਿਚਾਰਾਂ ਦੇ ਸਨ ਜੋ ਜੈਨ ਧਰਮ ਦੇ ਕਠੋਰ ਨਿਯਮਾਂ ਨੂੰ ਢਿੱਲਾ ਕਰਨ ਦੇ ਵਿਰੁੱਧ ਨਹੀਂ ਸੀ ਸੋ ਇਸ ਲਈ ਉਹਨਾਂ ਨੂੰ ਜਿਹੜਾ ਹੈ ਉਦਾਰਵਾਦੀ ਸਮਝਿਆ ਜਾਣ ਲੱਗਾ ਸਵੇਤੰਬਰਾਂ ਨੂੰ ਸੋ ਇੱਥੇ ਸਮਝ ਲਓ ਜੀ ਦਿਗੰਬਰ ਜੋ ਨਗਨ ਅਵਸਥਾ ਵਿੱਚ ਰਹਿੰਦੇ ਸੀ ਸਵੇਤਾਂਬਰ ਜੋ ਸਫੇਦ ਕੱਪੜੇ ਪਾਉਂਦੇ ਸੀ ਕੁਐਸਚਨ ਨੰਬਰ ਅੱਗੇ 28 ਹੈ ਜੀ ਸਵੇਤਾਂਬਰ శాఖਾ ਦੇ ਸ਼ਰਧਾਲੂ ਕਿਸ ਦੇ ਨਿਯਮ ਅਨੁਸਾਰ ਚੱਲਦੇ ਸਨ অপਸ਼ਨ A ਜੀ ਵਰਦਮਾਨ B ਹੈ ਜੀ ਪਾਰਸ਼ਵਨਾਥ C ਹੈ ਜੀ ਰਿਸ਼ਭਨਾਥ D ਹੈ ਜੀ ਨਿਮੀਨਾਥ ਸਹੀ ਅਨਸਰ অপਸ਼ਨ B ਹੈ ਜੀ ਸੋ ਪਾਰਸ਼ਵਨਾਥ ਜੋ ਕਿ 23ਵੇਂ ਤੀਰਥੰਕਰ ਸੀ ਉਹਨਾਂ ਦੇ ਨਿਯਮਾਂ ਦੇ ਅਨੁਸਾਰ ਚੱਲਦੇ ਸੀ ਸੇਵਤਾਂਬਰ ਜੋ ਚਿੱਟੇ ਕੱਪੜੇ ਪਾਉਂਦੇ ਸੀ ਔਰ ਉਦਾਰਵਾਦੀ ਸੀ ਕੁਐਸਚਨ ਨੰਬਰ ਹੈ ਜੀ ਅੱਗੇ 29 ਹੈ ਜੀ ਮਹਾਵੀਰ ਸਵਾਮੀ ਦੀ ਮੌਤ ਤੋਂ ਬਾਅਦ ਜੈਨ ਸੰਗ ਦਾ ਪਹਿਲਾ ਅਧਿਐਕਸ਼ ਸੀ ਆਪਸ਼ਨ A ਹੈ ਜੀ ਪਤਰਨਾਥ B ਹੈ ਜੀ ਰਿਸ਼ਵਨਾਥ C ਹੈ ਜੀ ਪਤਰਬਾਹੂ D ਹੈ ਜੀ ਸੁਦਮਰਨ ਇਸ ਦਾ ਸਹੀ ਆਨਸਰ ਆਪਸ਼ਨ D ਹੈ ਜੀ ਸੁਦਮਰਨ ਜਿਹੜਾ ਹੈ ਉਹ ਪਹਿਲਾ ਅਧਿਐਕਸ਼ ਸੀਗਾ ਜੈਨ ਸੰਗ ਦਾ ਮਹਾਵੀਰ ਸਵਾਮੀ ਜੀ ਦੀ ਦੇਹਾਂਤ ਤੋਂ ਬਾਅਦ ਮੌਤ ਤੋਂ ਬਾਅਦ ਕੁਐਸਚਨ ਨੰਬਰ 30 ਹੈ ਜੀ ਜੈਨ ਧਰਮ ਦਾ ਸਮਰੱਥਕ ਰਾਜੇ ਜਾਂ ਰਾਜਾ ਇਹਨਾਂ ਦੇ ਵਿੱਚੋਂ ਕਿਹੜਾ ਸੀ ਜੀ অপਸ਼ਨ ਐ ਜੀ ਬਿੰਬਸਰ ਆਜਾਦ ਸ਼ਤ్రੂ ਬੀ ਹੈ ਜੀ ਚੰਦਰਗੁਪਤ ਮੌਰੀਆ ਬਿੰਦੂਸਰ ਸੀ ਹੈ ਜੀ ਖਾਰੇਵਾਲ ਐ ਜਾਂ ਉਦयन ਡੀ ਹੈ ਜੀ ਉਪਰੋਕਤ ਸਾਰੇ ਸਹੀ ਆਨਸਰ অপਸ਼ਨ ਡੀ ਹੈ ਜੀ ਸੋ ਉਪਰੋਕਤ ਸਾਰੇ ਜਿਹੜੇ ਜੈਨ ਧਰਮ ਦੇ ਸਮਰੱਥਕ ਰਾਜੇ ਸੀ ਜੀ ਬਿੰਬਸਰ ਆਜਾਦ ਸ਼ਤ్రੂ ਚੰਦਰਗੁਪਤ ਮੌਰੀਆ ਬਿੰਦੂਸਰ ਖਾਰੇਵਾਲ ਤੇ ਉਦयन ਕਵੈਸਚਨ ਨੰਬਰ ਅਗੇ 21 ਹੈ ਜੀ ਪਹਿਲੀ ਜੈਨ ਸਮਿਤੀ ਕਦੋਂ ਹੋਈ ਆਪਸ਼ਨ ਏ ਹੈ ਜੀ 304 ਇਸਾ ਪੂਰਵ ਚ ਬੀ ਹੈ ਜੀ 405 ਇਸਾ ਪੂਰਵ ਚ ਸੀ ਹੈ ਜੀ 300 ਇਸਾ ਪੂਰਵ ਚ ਡੀ ਹੈ ਜੀ 311 ਇਸਾ ਪੂਰਵ ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ 300 ਇਸਾ ਪੂਰਵ ਦੇ ਵਿੱਚ ਪਹਿਲੀ ਜੈਨ ਸਮਿਤੀ ਜਾਂ ਜੈਨ ਜਿਹੜੀ ਆਪਾਂ ਕਹਿ ਸਕਦੇ ਆ ਕਿ ਕਮੇਟੀ ਦੀ ਇੱਕ ਮੀਟਿੰਗ ਕਹਿ ਸਕਦੇ ਆ ਕਿ ਹੋਈ ਸੀ ਜਿਸ ਦੀ ਜਿਹੜੀ ਪ੍ਰਧਾਨਗੀ ਹੈ ਉਹ ਸਥੂਲ ਭਦਰ ਨੇ ਕੀਤੀ ਸੀ ਔਰ ਇਹ ਹੋਈ ਸੀ ਜੀ ਪਾਟਲੀ ਪੁੱਤਰ ਦੇ ਵਿੱਚ ਕੁਐਸਚਨ ਆ ਸਕਦਾ ਪਹਿਲੀ ਜੈਨ ਸੰਮਤੀ ਕਿੱਥੇ ਹੋਈ ਪਾਟਲੀ ਪੁੱਤਰ ਦੇ ਵਿੱਚ ਕਿਸ ਦੀ ਪ੍ਰਧਾਨਗੀ ਦੇ ਵਿੱਚ ਹੋਈ ਸਥੂਲ ਪਦਰ ਦੇ ਕੁਐਸਚਨ ਨੰਬਰ ਅਗੇ 32 ਹੈ ਜੀ ਦੂਜੀ ਜੈਨ ਸੰਮਤੀ ਕਦੋਂ ਹੋਈ ਆਪਸ਼ਨ A ਜੀ 500 ਇਸਾਪੂਰ ਬੀ ਹੈ ਜੀ 524 ਇਸਾਪੂਰ ਸੀ ਹੈ ਜੀ 500 ਇਸਾਪੂਰ ਸੋਰੀ ਪਹਿਲਾ ਸੀ 500 ਇਸਵੀ ਜੀ ਡੀ ਹੈ ਜੀ 512 ਇਸਵੀ ਸਹੀ ਆਨਸਰ ਆਪਸ਼ਨ ਡੀ ਹੈ ਜੀ ਸੋ 512 ਦੇ ਵਿੱਚ ਦੂਜੀ ਜਿਹੜੀ ਹੈ ਜੈਨ ਸਮਿਤੀ ਹੋਈ ਸੀ ਦੇਵ ਰਸ਼ੀ ਦੇ ਆਰਾਨੀ ਦੀ ਪ੍ਰਧਾਨਗੀ ਦੇ ਹੇਠ ਜਾਂ ਅਧਿਐਕਸ਼ਤਾ ਦੇ ਵਿੱਚ ਔਰ ਵਲੱਬੀ ਗੁਜਰਾਤ ਦੇ ਵਿੱਚ ਜਿਹੜੀ ਹੈ ਇਹ ਹੋਈ ਸੀ ਜੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 33 ਪਹਿਲੀ ਜੈਨ ਸਭਾ ਦਾ ਕਿਸ ਨੇ ਵਿਰੋਧ ਕੀਤਾ ਆਪਸ਼ਨ ਏ ਹੈ ਜੀ ਬੋਧੀਆਂ ਨੇ ਬੀ ਹੈ ਜੀ ਹਿੰਦੂਆਂ ਨੇ ਸੀ ਹੈ ਜੀ ਦੇਗੰਬਰਾਂ ਨੇ ਡੀ ਹੈ ਜੀ ਸਵੇਤੰਬਰਾਂ ਨੇ ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ ਦੇਗੰਬਰ ਜੋ ਕਿ ਕਟੜ ਪੰਥੀ ਮੰਨੇ ਜਾਂਦੇ ਨੇ ਮਹਾਵੀਰ ਸਵਾਮੀ ਦੇ ਜਿਹੜੇ ਨਿਯਮ ਸੀ ਉਹਨਾਂ ਦੇ ਅਨੁਸਾਰ ਸੋ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਸੀ ਔਰ ਸਵੇਤਾਂਬਰਾ ਨੇ ਜਿਹੜੀ ਇਹ ਸਮਿਤੀ ਹੈ ਇਹ ਕੀਤੀ ਸੀ ਕੁਐਸਚਨ ਨੰਬਰ 34 ਹੈ ਜੀ ਖੁਜਰਾਹੋ ਵਿੱਚ ਜੈਨ ਮੰਦਰਾਂ ਦਾ ਨਿਰਮਾਣ ਕਿਸ ਦੁਆਰਾ ਕਰਵਾਇਆ ਗਿਆ ਆਪਸ਼ਨ A ਹੈ ਜੀ ਮੌਰੀਆ ਸ਼ਾਸਕਾਂ ਦੁਆਰਾ B ਹੈ ਜੀ ਅਨੰਦ ਸ਼ਾਸਕਾਂ ਦੁਆਰਾ C ਹੈ ਜੀ ਚੰਦੇਲ ਸ਼ਾਸਕਾਂ ਦੁਆਰਾ D ਹੈ ਜੀ ਕਿਸੇ ਵੀ ਨਹੀਂ ਸਹੀ ਅਨਸਰ ਹੈ ਜੀ ਆਪਸ਼ਨ C ਜੀ ਚੰਦੇਲ ਸ਼ਾਸਕਾਂ ਦੇ ਦੁਆਰਾ ਜਿਹੜਾ ਹੈ ਖੁਜਰਾਹੋ ਦੇ ਵਿੱਚ ਜੈਨ ਮੰਦਰਾਂ ਦਾ ਨਿਰਮਾਣ ਕਰਵਾਇਆ ਗਿਆ ਕਵੈਸਚਨ ਨੰਬਰ 35 ਹੈ ਜੀ ਜੈਨ ਤੀਰਥੰਕਰਾਂ ਦੀ ਜੀਵਨੀ ਕਿਸ ਗ੍ਰੰਥ ਵਿੱਚ ਹੈ অপਸ਼ਨ A ਹੈ ਜੀ ਭਗਵਤੀ ਸੂਤਰ B ਹੈ ਜੀ ਆਚਾਰਾਂਗ ਸੂਤਰ C ਹੈ ਜੀ ਕਪਲ ਸੂਤਰ D ਹੈ ਜੀ ਉਪਰੋਕਤ ਸਾਰੇ ਸਹੀ ਆਨਸਰ অপਸ਼ਨ C ਹੈ ਜੀ ਕਪਲ ਸੂਤਰ ਦੇ ਵਿੱਚ ਜਿਹੜੀ ਜੈਨ ਤੀਰਥੰਕਰਾਂ ਦੀ ਜੀਵਨੀ ਹੈ ਜੀ ਔਰ ਇਸ ਦਾ ਲੇਖਕ ਜਿਹੜਾ ਉਹ ਪਧਰਵਾਹੁ ਹੈ ਜੀ ਕਵੈਸਚਨ ਨੰਬਰ 36 ਹੈ ਜੀ ਮਹਾਵੀਰ ਸਵਾਮੀ ਦੇ ਸੰਗ ਵਿੱਚ 11 ਪ੍ਰਮੁੱਖ ਚੇਲੇ ਸਨ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ অপਸ਼ਨ A ਹੈ ਜੀ 11 ਸਵਾਮੀ ਬੀ ਹੈ ਜੀ ਸਵਾਦਿਕ ਧਾਰੀ ਡੀ ਸੀ ਹੈ ਜੀ ਦਿਗੰਬਰ ਧਾਰੀ ਡੀ ਹੈ ਜੀ ਗਣਤਰ ਸਹੀ ਆਨਸਰ ਹੈ ਜੀ অপਸ਼ਨ ਡੀ ਜੀ ਗਣਤਰ ਕਿਹਾ ਜਾਂਦਾ ਸੀ ਇਹ ਆਏ ਵੀ ਪੁੱਛਿਆ ਜਾ ਸਕਦਾ ਹੈ ਕਿ ਮਹਾਵੀਰ ਸਵਾਮੀ ਦੇ ਸੰਗ ਵਿੱਚ ਕਿੰਨੇ ਗਣ ਧਰ ਸਨ ਤਾਂ 11 ਸੀ ਜੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 37 ਜੈਨ ਧਰਮ ਦੇ ਕਿਸ ਗ੍ਰੰਥ ਵਿੱਚ 18 ਪਾਪਾਂ ਦਾ ਵਰਣਨ ਕੀਤਾ ਗਿਆ ਹੈ অপਸ਼ਨ A ਹੈ ਜੀ ਮਹਾਵੀਰ ਸੂਤਰ B ਹੈ ਜੀ ਆਚਾਰਾਂਗ ਸੂਤਰ C ਹੈ ਜੀ ਆਵਸ਼ਯਕ ਸੂਤਰ ਡੀ ਹੈ ਜੀ ਕੋਈ ਨਹੀਂ ਸਹੀ ਅਨਸਾਰ ਹੈ ਜੀ অপਸ਼ਨ ਸੀ ਅਵਸ਼ੇਕ ਸੂਤਰ ਦੇ ਵਿੱਚ ਜਿਹੜਾ ਹੈ 18 ਪਾਪਾਂ ਦਾ ਵਰਣਨ ਕੀਤਾ ਗਿਆ ਹੈ ਕੁਐਸਚਨ ਨੰਬਰ 38 ਹੈ ਜੀ ਜੈਨ ਗ੍ਰੰਥਾ ਨੂੰ ਕਿਹਾ ਜਾਂਦਾ ਹੈ অপਸ਼ਨ ਹੈ ਜੀ ਅੰਗ ਬੀ ਹੈ ਜੀ ਪੂਰਵ ਸੀ ਹੈ ਜੀ ਦੋਵੇਂ ਡੀ ਹੈ ਜੀ ਕੋਈ ਨਹੀਂ ਸਹੀ ਅਨਸਰ ਹੈ ਜੀ অপਸ਼ਨ ਸੀ ਜੀ ਸੋ ਅੰਗ ਵੀ ਕਿਹਾ ਜਾਂਦਾ ਹੈ ਪੂਰਵ ਵੀ ਕਿਹਾ ਜਾਂਦਾ ਹੈ ਅੰਗ ਕਿਹੜੇ ਨੇ ਜੀ ਜਿਹੜੇ ਨਵੇਂ ਗ੍ਰੰਥ ਸੀਗੇ ਜਿਨ੍ਹਾਂ ਦੇ ਵਿੱਚ ਜਿਹੜਾ ਹੈ ਆਪਾਂ ਡਿਸਕਸ ਕੀਤਾ ਹੈ ਕਿ ਸਤੂਲ ਭਦਰ ਨੇ ਕੁਝ ਪੁੰਨਸ਼ਨ ਕਰਕੇ ਕੋਈ ਨਵਾਂ ਰੂਪ ਦਿੱਤਾ ਸੀ ਉਹਨਾਂ ਨੂੰ ਜਿਹੜਾ ਹੈ ਅੰਗ ਕਿਹਾ ਜਾਂਦਾ ਸੀ ਔਰ ਜਿਹੜੀਆਂ ਪੁਰਾਣੀਆਂ ਪੁਸਤਕਾਂ ਸੀ ਉਹਨਾਂ ਨੂੰ ਪੂਰਵ ਕਿਹਾ ਜਾਂਦਾ ਸੀ ਅੰਗ 12 ਨੇ ਜੀ ਉਪਾੰਗ 12 ਨੇ ਮੂਲ ਸੂਤਰ 4 ਛੇਦ ਸੂਤਰ ਜਿਹੜੇ ਨੇ ਉਹ 6 ਨੇ ਜੀ ਔਰ ਪਰਕਿਰਨ ਜਿਹੜੇ ਨੇ ਉਹ 10 ਨੇ ਔਰ ਜਿਹੜੀ ਇਹਨਾਂ ਗ੍ਰੰਥਾਂ ਦੀ ਭਾਸ਼ਾ ਹੈ ਉਹ ਪ੍ਰਕਿਰਤਕ ਭਾਸ਼ਾ ਦੇ ਵਿੱਚ ਇਹ ਗ੍ਰੰਥ ਲਿਖੇ ਗਏ ਸੀ ਕਵੈਸਚਨ ਨੰਬਰ 39 ਹੈ ਜੀ ਜੈਨ ਧਰਮ ਦੇ ਕਿਸ ਗ੍ਰੰਥ ਤੋਂ 16 ਮਹਾਜਨਪਦਾਂ ਦਾ ਪਤਾ ਲੱਗਦਾ ਹੈ ਜੀ ਜਿਹੜੇ ਆਪਾਂ ਡਿਸਕਸ ਕੀਤੇ ਸੀ ਪਿਛਲੀ ਵੀਡੀਓ ਦੇ ਵਿੱਚ 16 ਜਨ ਮਹਾਜਨਪਦ ਤਾਂ ਪਤਾ ਕਿੱਥੋਂ ਲੱਗਦਾ ਹੈ ਜੀ অপਸ਼ਨ A ਹੈ ਜੀ ਅਚਰਾੰਗ ਸੂਤਰ B ਹੈ ਜੀ ਕਪਲ ਸੂਤਰ C ਹੈ ਜੀ ਅਵਸ਼ੇਕ ਸੂਤਰ D ਹੈ ਜੀ ਭਗਵਤੀ ਸੂਤਰ ਸਹੀ ਆਨਸਰ ਹੈ ਜੀ অপਸ਼ਨ D ਭਗਵਤੀ ਸੂਤਰ ਤੋਂ ਜੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 40 ਕਿਹੜਾ ਪਹਾੜ ਜੈਨੀਆਂ ਲਈ ਪਵਿੱਤਰ ਮੰਨਿਆ ਜਾਂਦਾ ਹੈ অপਸ਼ਨ A ਹੈ ਜੀ ਸੁਮੇਰ ਪਹਾੜ ਬੀ ਹੈ ਜੀ ਚੰਦਰਗਿਰੀ ਪਹਾੜਤ ਸੀ ਹੈ ਜੀ ਅਰਾਵਲੀ ਪਹਾੜਤ ਡੀ ਹੈ ਜੀ ਸਤਪੁੜਾ ਪਹਾੜਤ ਸਹੀ ਆਨਸਰ ਹੈ ਜੀ ਆਪਸ਼ਨ ਬੀ ਜੀ ਚੰਦਰਗਿਰੀ ਪਹਾੜਤ ਨੂੰ ਜਿਹੜਾ ਜੈਨੀਆਂ ਦੇ ਲਈ ਪਵਿੱਤਰ ਮੰਨਿਆ ਜਾਂਦਾ ਹੈ ਕੁਐਸਚਨ ਨੰਬਰ ਅੱਗੇ 41 ਹੈ ਜੀ ਜੈਨ ਧਰਮ ਦੇ ਅਨਯਾਈਆਂ ਨੂੰ ਕਿੰਨੇ ਵਰਗਾਂ ਦੇ ਵਿੱਚ ਵੰਡਿਆ ਗਿਆ ਹੈ ਆਪਸ਼ਨ ਹੈ ਜੀ 2 ਬੀ ਹੈ ਜੀ 3 ਸੀ ਹੈ ਜੀ 4 ਡੀ ਹੈ ਜੀ 6 ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ 4 ਵਰਗਾਂ ਦੇ ਵਿੱਚ ਵੰਡਿਆ ਗਿਆ ਹੈ ਪਿਖਸ਼ਲੂ ਪਿਖਸ਼ਨੀ ਸਰਵਾੰਗ ਤੇ ਸ਼ਰਾਵਿਕਾ ਸੋ ਜਿਹੜੇ ਭਿਖਸ਼ੂ ਭਿਖਸ਼ਨੀ ਨੇ ਉਹ ਵਿਆਹ ਨਹੀਂ ਕਰਵਾਉਂਦੇ ਜੀ ਔਰ ਸਰਵਾੰਗ ਤੇ ਸ਼ਰਵਾਇਕਾ ਜਿਹੜੇ ਨੇ ਉਹ ਵਿਆਹ ਕਰਵਾਉਂਦੇ ਨੇ ਜੀ ਕੁਐਸਚਨ ਨੰਬਰ 42 ਹੈ ਜੀ ਪਾਰਸਨਾਤ ਦੇ ਅਣਿਆਈਆਂ ਨੂੰ ਕਿਹਾ ਜਾਂਦਾ ਹੈ ਆਪਸ਼ਨ ਹੈ ਜੀ ਭਿਖਸ਼ੂ ਬੀ ਹੈ ਜੀ ਸਾਧ ਸੀ ਹੈ ਜੀ ਨਿਰਗ੍ਰੰਥ ਡੀ ਹੈ ਜੀ ਸ਼ਰਮਨ ਤਾਂ ਇਹਦਾ ਸਹੀ ਆਨਸਰ ਹੈ ਜੀ ਆਪਸ਼ਨ ਸੀ ਹੈ ਜੀ ਨਿਰਗ੍ਰੰਥ ਜਿਹੜਾ ਹੈ ਕਿਹਾ ਜਾਂਦਾ ਸੀ ਜੀ ਬਿਨਾ ਬੰਧਨ ਦੇ ਔਰ ਇਥੇ ਜੀ ਜੋ ਹੋਰ ਦੱਸਦੀ ਹੈ ਕਿ ਥੋੜਾ ਜਿਹੜਾ ਹੈ ਢੀਲੇ ਦਿੱਤੀ ਹੋਈ ਸੀ ਪਾਰਵਰਸ਼ ਨਾਥ ਜਿਹੜੇ 23ਵੇਂ ਤੀਰਥੰਕਰ ਸੀ ਉਹਨਾਂ ਨੇ ਆਪਣੇ ਅਉਣਿਆਈਆਂ ਨੂੰ ਕਠੋਰ ਜੀਵਨ ਬਤਾਉਣ ਦਾ ਸੰਦੇਸ਼ ਨਹੀਂ ਸੀ ਦਿੱਤਾ ਉਹਨਾਂ ਨੇ ਤਾਂ ਉਹਨਾਂ ਨੂੰ ਵਿਆਹ ਕਰਨ ਤੇ ਕੱਪੜੇ ਪਾਉਣ ਦੀ ਅੱਗੇ ਵੀ ਜਿਹੜੀ ਤੇ ਰੱਖੀ ਸੀ ਜੀ ਸੋ ਇਸੇ ਕਰਕੇ ਜਿਹੜੇ ਸ਼ੇਵ ਤੰਬਰ ਨੇ ਉਹਨਾਂ ਨੇ ਜਿਹੜੇ ਕੱਪੜੇ ਪਾਏ ਔਰ ਪਾਰਸ਼ਵ ਨਾਥ ਦੀਆਂ ਸਖਿਆਵਾਂ ਤੇ ਉਹ ਚੱਲਦੇ ਸੀ ਕੁਐਸਚਨ ਨੰਬਰ ਹੈ ਜੀ 43 ਕਿਹੜੇ ਗ੍ਰੰਥ ਵਿੱਚ ਮਹਾਵੀਰ ਸਵਾਮੀ ਦੇ ਗਿਆਨ ਪ੍ਰਾਪਤ ਕਰਨ ਦਾ ਪੂਰਾ ਵਰਣਨ ਹੈ ਜੀ ਆਪਸ਼ਨ ਹੈ ਜੀ ਕਪਲ ਵਸ ਸੂਤਰ ਬੀ ਹੈ ਜੀ ਗ੍ਰਹਿ ਸੂਤਰ ਸੀ ਹੈ ਜੀ ਭਗਵਤੀ ਸੂਤਰ ਡੀ ਹੈ ਜੀ ਕੋਈ ਨਹੀਂ ਸਹੀ ਆਨਸਰ ਹੈ ਜੀ ਆਪਸ਼ਨ ਏ ਜੀ ਕਪਲ ਸੂਤਰ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 44 ਮਹਾਵੀਰ ਦੇ ਜੀਵਨ ਕਾਲ ਵਿੱਚ ਕਿੰਨੇ ਭਿਕਸ਼ੂ ਉਹਨਾਂ ਦੇ ਚੇਲੇ ਬਣੇ ਆਪਸ਼ਨ ਹੈ ਜੀ 24000 ਬੀ ਹੈ ਜੀ 12000 ਸੀ ਹੈ ਜੀ 14000 ਡੀ ਹੈ ਜੀ 10000 ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ 14000 ਜਿਹੜੇ ਉਹਨਾਂ ਦੇ ਚੇਲੇ ਬਣੇ ਸੀ ਜੀ ਔਰ ਜਿਹੜੇ ਉਹਨਾਂ ਦੇ ਅਨਯਾਈ ਸੀ ਜੀ ਸਧਾਰਨ ਅਨਯਾਈ ਸੀ ਜਿਹੜੇ ਉਹਨਾਂ ਦੀ ਗਿਣਤੀ ਜਿਹੜੀ ਹੈ 1 ਲੱਖ ਤੋਂ ਵੀ ਵੱਧ ਦੱਸੀ ਜਾਂਦੀ ਹੈ ਔਰ ਇੱਕ ਅਨੁਮਾਨ ਸਰ ਜਿਹੜੀ ਹੈ 1,59,000 ਉਹਨਾਂ ਦੇ ਸਧਾਰਨ ਅਨਯਾਈਆਂ ਦੀ ਗਿਣਤੀ ਸੀ ਸੋ ਮੌਤ ਜਿਹੜੀ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਮੌਤ ਤੋਂ ਪਹਿਲਾਂ-ਪਹਿਲਾਂ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 45 ਹੈ ਜੀ ਜੈਨ ਧਰਮ ਦੇ ਸਬੰਧ ਵਿੱਚ ਹੇਠ ਲਿਖਿਆ ਵਿੱਚੋਂ ਕਿਹੜਾ ਕਥਨ ਸਹੀ ਹੈ অপਸ਼ਨ A ਹੈ ਜੀ ਇਹ ਕਰਮਵਾਦ ਵਿੱਚ ਵਿਸ਼ਵਾਸ ਕਰਦਾ ਹੈ অপশন B ਹੈ ਜੀ ਇਹ ਕਰਮਵਾਦ ਵਿੱਚ ਵਿਸ਼ਵਾਸ ਨਹੀਂ ਕਰਦਾ C ਹੈ ਜੀ ਇਹ ਕਰਮਵਾਦ ਦੇ ਸੰਬੰਧ ਵਿੱਚ ਚੁੱਪ ਹੈ D ਹੈ ਜੀ ਕਰਮਵਾਦ ਦੀ ਨਿੰਦਾ ਕਰਦਾ ਹੈ ਸਹੀ ਅਨਸਰ ਹੈ ਜੀ অপਸ਼ਨ A ਜੀ ਸੋ ਕਰਮਵਾਦ ਦੇ ਵਿੱਚ ਜਿਹੜਾ ਹੈ ਵਿਸ਼ਵਾਸ ਰੱਖਦਾ ਹੈ ਜੀ ਜੈਨ ਧਰਮ ਜਿਸ ਤਰ੍ਹਾਂ ਜਿਸ ਤਰ੍ਹਾਂ ਦਾ ਕੋਈ ਵਿਅਕਤੀ ਜਿਹੜਾ ਹੈ ਕਰਮ ਕਰੇਗਾ ਉਦਾਂ ਦਾ ਉਸ ਨੂੰ ਫਲ ਮਿਲੇਗਾ ਸੋ ਇਸ ਚੀਜ਼ ਦੇ ਵਿੱਚ ਜੈਨ ਧਰਮ ਜਿਹੜਾ ਵਿਸ਼ਵਾਸ ਰੱਖਦਾ ਹੈ ਜੀ ਕੁਐਸਚਨ ਨੰਬਰ 46 ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹੜੇ ਦਰਸ਼ਨ ਵਿੱਚ ਅਹਿੰਸਾ ਤੇ ਸਭ ਤੋਂ ਜ਼ਿਆਦਾ ਬਲ ਦਿੱਤਾ ਗਿਆ ਹੈ অপਸ਼ਨ A ਜੀ ਬੋਧ ਦਰਸ਼ਨ ਬੀ ਹੈ ਜੀ ਜੈਨ ਦਰਸ਼ਨ ਸੀ ਹੈ ਜੀ ਨਿਆ ਦਰਸ਼ਨ ਡੀ ਹੈ ਜੀ ਸਾਖਿਆ ਦਰਸ਼ਨ ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਜੀ অপਸ਼ਨ ਬੀ ਹੈ ਜੀ ਜੈਨ ਧਰਮ ਦੇ ਵਿੱਚ ਹਿੰਸਾ ਤੇ ਸਭ ਤੋਂ ਵੱਧ ਜ਼ੋਰ ਦਿੱਤਾ ਗਿਆ ਹੈ ਹਿੰਸਾ ਦਾ ਅਰਥ ਹੈ ਜੀਵ ਦੀ ਹੱਤਿਆ ਨਾ ਕਰਨਾ ਜੈਨ ਧਰਮ ਦਾ ਜਿਹੜਾ ਇਹ ਮੂਲ ਸਿਧਾਂਤ ਹੈ ਜੀ ਔਰ ਵਰਦਮਾਨ ਮਹਾਵੀਰ ਇਸ ਸਿਧਾਂਤ ਦਾ ਪ੍ਰਚਾਰ ਕਰਦੇ ਹੋਏ ਮਹਾਤਮਾ ਬੁੱਧ ਤੋਂ ਵੀ ਬਹੁਤ ਅੱਗੇ ਨਿਕਲ ਗਏ ਜੀ ਉਹਨਾਂ ਨੇ ਤਾਂ ਕੇਵਲ ਮਨੁੱਖਾਂ ਦੇ ਪਸ਼ੂਆਂ ਦੀ ਹੱਤਿਆ ਦੀ ਮਨਾਹੀ ਕੀਤੀ ਸਗੋਂ ਉਹ ਦਰਖਤਾਂ ਪੌਦਿਆਂ ਤੇ ਜੜ ਵਸਤੂਆਂ ਨੂੰ ਵੀ ਕਸ਼ਟ ਦੇਣਾ ਪਾਪ ਸਮਝਦੇ ਸੀ ਜੀ ਔਰ ਇਥੋਂ ਤੱਕ ਕਿ ਅੱਜ ਤੱਕ ਉਹਨਾਂ ਦੇ ਜਿਹੜੇ ਚੇਲੇ ਨੇ ਉਹ ਨੰਗੇ ਪੈਰੀ ਚੱਲਦੇ ਨੇ ਪਾਣੀ ਛਾਣ ਕੇ ਪੀਂਦੇ ਨੇ ਤੇ ਆਮ ਤੌਰ ਤੇ ਮੂੰਹ ਤੇ ਜਿਹੜੀ ਪੱਟੀ ਬੰਨ ਕੇ ਰੱਖਦੇ ਨੇ ਔਰ ਉਹਨਾਂ ਦੇ ਪੈਰਾਂ ਥੱਲੇ ਜਾਂ ਉਹਨਾਂ ਦੇ ਮੂੰਹ ਅੰਦਰ ਕੋਈ ਜੀਵ ਜੰਤੂ ਆ ਕੇ ਨਾ ਮਰ ਜਾਏ ਇਸ ਕਰਕੇ ਜੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 47 ਹੈ ਜੀ ਕਿਹੜੇ ਅਭਿਲੇਖ ਤੋਂ ਇਹ ਜਾਣਕਾਰੀ ਮਿਲਦੀ ਹੈ ਕਿ ਨੰਦ ਰਾਜਾ ਕਲਿੰਗ ਤੋਂ ਪਹਿਲੀ ਜਿੰਨ ਦੀ ਮੂਰਤੀ ਯਾਨੀ ਕਿ ਮਹਾਤਮਾ ਮਹਾਵੀਰ ਦੀ ਜਿਹੜੀ ਮੂਰਤੀ ਉਸ ਨੂੰ ਚੁੱਕ ਲਿਆ ਸੀ অপਸ਼ਨ A ਹੈ ਜੀ ਗਿਰਨਾਰਦਾਬਲੇਖ B ਹੈ ਜੀ ਮਥਰਾ ਬਲੇਖ C ਹੈ ਜੀ ਖੋਸ਼ਮਬੀ ਅਬਲੇਖ D ਹੈ ਜੀ ਹਾਥੀ ਗੁਫਾ ਅਬਲੇਖ ਸਹੀ ਆਨਸਰ অপਸ਼ਨ D ਹੈ ਜੀ ਹਾਥੀ ਲਖਫਾ ਜਿਹੜਾ ਹਾਥੀ ਗੁਫਾ ਫਲੇਖ ਹੈ ਉਸ ਤੋਂ ਜਿਹੜਾ ਹੈ ਪਤਾ ਲੱਗਦਾ ਹੈ ਅੱਗੇ ਹੈ ਜੀ ਕੁਐਸਚਨ ਨੰਬਰ 48 ਜੈਨ ਧਰਮ ਨੂੰ ਦੱਖਣ ਭਾਰਤ ਲੈ ਜਾਣ ਦਾ ਸ਼ਰੇ ਕਿਸ ਨੂੰ ਜਾਂਦਾ ਹੈ ਜੀ ਆਪਸ਼ਨ ਹੈ ਜੀ ਭਦਰਬਾਹੂ ਬੀ ਹੈ ਜੀ ਸਥੂਲ ਭਦਰ ਸੀ ਹੈ ਜੀ ਸ਼ੀਲ ਭਦਰ ਡੀ ਹੈ ਜੀ ਸ਼ਮਾ ਸ਼ਰਨ ਨੈਕਸਟ ਇਸ ਦਾ ਸਹੀ ਆਨਸਰ ਹੈ ਜੀ ਆਪਸ਼ਨ ਭਦਰਬਾਹੂ ਜੋ ਕਿ ਚੰਦਰਗੁਪਤ ਮੌਰੀਆ ਦੇ ਸਮੇਂ ਜਿਹੜਾ ਹੈ ਕਾਲ ਪੈਣ ਕਰਨ ਜਿਹੜਾ ਆਪਣੇ ਸ਼ਰਧਾਲੂਆਂ ਨੂੰ ਦੱਖਣ ਦੇ ਵੱਲ ਲੈ ਗਿਆ ਸੀ ਜੀ ਕੁਐਸਚਨ ਨੰਬਰ ਅੱਗੇ ਹੈ ਜੀ 49 ਦਿਲਵਾੜਾ ਦੇ ਮੰਦਰ ਕਿਸ ਪਰਬਤ ਉੱਤੇ ਸਥਿਤ ਹਨ ਆਪਸ਼ਨ ਹੈ ਜੀ ਸੁਮੇਰ ਪਰਬਤ ਬੀ ਹੈ ਜੀ ਚੰਦਰ ਪਰਬਤ ਸੀ ਹੈ ਜੀ ਹਿਮਾਲਾ ਪਰਬਤ ਡੀ ਹੈ ਜੀ ਆਬੂ ਪਰਬਤ ਤਸਦਾ ਜਿਹੜਾ ਸਹੀ ਆਨਸਰ ਹੈ ਜੀ অপਸ਼ਨ ਡੀ ਹੈ ਜੀ ਆਬੂ ਪਰਬਤ ਰਾਜਸਥਾਨ ਦੇ ਵਿੱਚ ਹੈ ਜੀ ਦਿលਵਾੜਾ ਦੇ ਜਿਹੜੇ ਮੰਦਰ ਨੇ ਵਿਸ਼ੇਸ਼ ਰੂਪ ਦੇ ਵਿੱਚ ਸ਼ਲਾਘਾਯੋਗ ਹਨ ਔਰ ਇਹ سنگਮਰ ਦੇ ਬਣੇ ਹੋਏ ਹਨ ਤੇ ਇਹਨਾਂ ਦੀਆਂ ਕੰਧਾਂ ਤੇ ਛੱਤਾਂ ਦੇ ਉੱਤੇ ਜਿਹੜੀਆਂ ਜੈਨ ਗਥਾਵਾਂ ਪੱਥਰ ਦੇ ਉੱਤੇ ਇੰਨੀ ਸੁੰਦਰਤਾ ਦੇ ਨਾਲ ਉੱਕਰੀਆਂ ਹੋਈਆਂ ਹਨ ਕਿ ਸ਼ਿਲਪ ਕਲਾ ਦੇ ਇਤਿਹਾਸ ਵਿੱਚ ਅਦੁੱਤੀ ਹਨ ਜੀ ਅੱਗੇ ਹੈ ਜੀ ਕੁਐਸਚਨ ਨੰਬਰ 50 ਕਸ਼ਮੀਰ ਵਿੱਚ ਜੈਨ ਧਰਮ ਦਾ ਪ੍ਰਸਾਰ ਕਿਸ ਦੇ ਸਮੇਂ ਹੋਇਆ অপਸ਼ਨ ਹੈ ਜੀ ਬਿੰਦੂਸਾਰ ਬੀ ਹੈ ਜੀ ਸ਼ੋਕ ਸੀ ਹੈ ਜੀ ਚੰਦਰਗੁਪਤ ਮੌਰੀਆ ਡੀ ਹੈ ਜੀ ਕੋਈ ਨਹੀਂ ਸਹੀ ਅਨਸਰ ਹੈ ਜੀ অপਸ਼ਨ ਬੀ ਅਸ਼ੋਕ ਦੇ ਸਮੇਂ ਦੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 51 ਕਿਸ ਸਦੀ ਵਿੱਚ ਮਥਰਾ ਜੈਨ ਧਰਮ ਦਾ ਪ੍ਰਸਿੱਧ ਕੇਂਦਰ ਰਿਹਾ অপਸ਼ਨ ਏ ਜੀ ਚੌਥੀ ਸਦੀ ਇਸਾ ਪੂਰਵ ਬੀ ਹੈ ਜੀ ਦੂਜੀ ਸਦੀ ਇਸਾ ਪੂਰਵ ਸੀ ਹੈ ਜੀ ਪਹਿਲੀ ਸਦੀ ਇਸਾ ਪੂਰਵ ਡੀ ਹੈ ਜੀ ਪਹਿਲੀ ਸਦੀ ਈਸਵੀ ਸਹੀ ਅਨਸਰ ਹੈ ਜੀ অপਸ਼ਨ ਸੀ ਜੀ ਸੋ ਪਹਿਲੀ ਸਦੀ ਇਸਾ ਪੂਰਵ ਦੇ ਵਿੱਚ ਜਿਹੜਾ ਬੁੱਧ ਧਰਮ ਦਾ ਪ੍ਰਸਿੱਧ ਕੇਂਦਰ ਹੈ ਉਹ ਮਤਰਾਦ ਰਿਹਾ ਜੀ ਔਰ ਦੂਸਰੀ ਸਦੀ ઈਸਾ ਪੂਰੋ ਦੇ ਵਿੱਚ ਜਿਹੜਾ ਬੁੱਧ ਧਰਮ ਹੈ ਉਹ ਓਡੀਸਾ ਤੱਕ ਪਹੁੰਚ ਗਿਆ ਸੀ ਕੁਐਸਚਨ ਨੰਬਰ 52 ਹੈ ਜੀ ਜੈਨ ਧਰਮ ਦੇ ਪਤਨ ਦਾ ਕਾਰਨ ਸੀ ਆਪਸ਼ਨ ਹੈ ਜੀ ਜੈਨ ਧਰਮ ਵਿੱਚ Hindu ਧਰਮ ਵਿੱਚ ਘੁਲ ਮਿਲ ਜਾਣਾ ਦੂਸਰਾ ਹੈ ਜੀ ਕਠੋਰ ਸਤਾਨ ਸੀ ਹੈ ਜੀ ਜਾਤੀ ਭੇਦ ਭਾਵ ਡੀ ਹੈ ਜੀ ਉਪਰੋਕਤ ਸਾਰੇ ਸਹੀ ਆਨਸਰ ਹੈ ਜੀ ਆਪਸ਼ਨ ਡੀ ਜੀ ਉਪਰੋਕਤ ਸਾਰੇ ਜੀ ਸੋ Hindu ਧਰਮ ਦੇ ਵਿੱਚ ਹੀ ਜਿਹੜਾ ਹੈ ਅਖੀਰ ਦੇ ਵਿੱਚ ਕੁਲ ਮਿਲ ਗਿਆ ਸੀ ਜੀ ਸੋ ਸਮਾਂ ਬੀਤਣ ਦੇ ਨਾਲ ਜਿਹੜਾ ਹੈ ਜੈਨ ਧਰਮ ਆਪਣੇ ਅਸਲੀ ਤੇ ਸੁਤੰਤਰ ਰੂਪ ਨੂੰ ਕਾਇਮ ਨਾ ਰੱਖ ਸਕਿਆ ਹੌਲੀ ਹੌਲੀ ਜੈਨੂਆਂ ਜੈਨੀਆਂ ਦੇ ਵਿੱਚ ਵੀ ਬ੍ਰਾਹਮਣ ਧਰਮ ਦੇ ਧਾਰਮਿਕ ਤੇ ਸਮਾਜਿਕ ਜਿਹੜੇ ਸੰਸਕਾਰ ਸੀ ਉਹ ਪ੍ਰਚਲਿਤ ਹੋ ਗਏ ਉਹ ਜਾਤੀ ਪ੍ਰਥਾ ਦੇ ਵਿੱਚ ਵੀ ਵਿਸ਼ਵਾਸ ਰੱਖਣ ਲੱਗ ਗਏ ਹੈ ਜੀ ਹਾਲਾਂਕਿ ਜਿਹੜਾ ਹੈ ਮਹਾਤਮਾ ਮਹਾਵੀਰ ਸੀ ਉਹ ਨਹੀਂ ਸੀ ਰੱਖਦੇ ਪਰ ਅੱਗੇ ਜਿਹੜਾ ਹੈ ਮਹਾਵੀਰ ਦੇ ਦੂਜੇ ਤੀਰਥੰਕਰ ਜਿਹੜੇ ਨੇ ਉਹ Hindu ਦੇਵੀ ਦੇਵਤਿਆਂ ਦੇ ਵਾਂਗ ਪੂਜਾ ਵੀ ਕਰਨ ਲੱਗ ਗਏ ਸੀ ਸੋ ਇਸ ਤਰ੍ਹਾਂ ਜਿਹੜਾ ਹੈ ਹੋਲੀ-ਹੋਲੀ ਇਸਨੇ ਆਪਣੀ ਜਿਹੜੀ ਸੁਤੰਤਰ ਹੋਣ ਦਾ ਉਹ ਗਵਾਲੀ ਸਿਧਾਂਤ ਕਟੋਰ ਹੈ ਹੀ ਸੀ ਜਿਵੇਂ ਐਸਾ ਦਾ ਹੋ ਗਿਆ ਨਗਨ ਅਵਸਥਾ ਦੇ ਵਿੱਚ ਰਹਿਣਾ ਸੋ ਇਸ ਕਰਕੇ ਜਿਹੜਾ ਇਹ ਪਤਨ ਦੇ ਕਾਰਨ ਬਣੇ ਜੀ ਸੋ ਇਹ ਸੀ ਜੀ ਅੱਜ ਆਪਣੇ ਇੰਪੋਰਟੈਂਟ 52 ਕੁਐਸਚਨ ਕੋਸ਼ਿਸ਼ ਰਹੀ ਹੈ ਕਿ ਸਾਰੇ ਟਾਪਿਕ ਨੂੰ ਕਵਰ ਕਰਨ ਦੀ ਫਿਰ ਵੀ ਕੋਈ ਕੁਐਸਚਨ ਰਹਿ ਗਿਆ ਤਾਂ ਉਸ ਨੂੰ ਆਪਾਂ ਮੋਕ ਟੈਸਟ ਦੇ ਰਾਹੀਂ ਕਵਰ ਕਰ ਲਾਂਗੇ ਜੀ ਸੋ ਵੀਡੀਓ ਨੂੰ ਪਲੀਜ਼ ਵੱਤ-ਵੱਤ ਸ਼ੇਅਰ ਲਾਈਕ ਜ਼ਰੂਰ ਕਰਨਾ ਔਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਜਿਹੜੀ ਹੈ ਕਿਸ ਤਰ੍ਹਾਂ ਦੀ ਲੱਗੀ ਹੈ ਜੀ ਸੋ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਦਾ ਵੀਡੀਓ